ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ ਤੇ ਮੈਂ ਸਿੱਖੀ ਤੇ ਕ੍ਰਿਸਚੈਨਿਟੀ ਦਾ ਪ੍ਰਚਾਰ ਕਰਦਾ ਹੈਗਾ ਤੇ ਇਹ ਜਿਹੜਾ ਹੈਗਾ ਕੱਲ ਜੋ ਹੈਗਾ ਇੱਕ ਸੁਨਹਿਰੀ ਮੌਕਾ ਹੈਗਾ ਜਿੱਥੇ ਤੁਸੀਂ ਆਪਣੀ ਮੁਕਤੀ ਕਮਾ ਸਕਦੇ ਹੈਗੇ। ਮੁਕਤੀ ਕਮਾਉਣ ਲਈ ਤੁਹਾਨੂੰ ਉਹ ਰੰਗ ਚੜਾਉਣਾ ਚਾਹੀਦਾ ਹੈਗਾ ਜਿਹੜਾ ਕਿ ਅੱਲਾਹ ਪਾਰ ਬ੍ਰਹਮ ਦਾ ਹੈਗਾ। ਅੱਲਾਹ ਤੇ ਪਾਰ ਬ੍ਰਹਮ ਇੱਕੋ ਬਰਾਬਰ ਹੈਗੇ ਨੇ। ਜਿਹੜਾ ਹਰਫ ਅੱਲਾਹ ਬਣਿਆ ਹੈਗਾ ਇਹ ਇਲਾ ਤੋਂ ਬਣਿਆ। ਇਲਾ ਹੁੰਦਾ ਕਬੀਲੇ ਦਾ ਪਿਓ, ਜਿੱਦਾਂ ਮੈਂ ਜੱਟ ਹੈਗਾ ਤੇ ਇਹ ਕਾਬਾ ਜਿਹੜਾ ਸੀਗਾ ਆਦਮ ਦਾ ਮੰਦਿਰ ਹੈਗਾ, ਸ਼ਿਵ ਦਾ ਮੰਦਿਰ ਹੈਗਾ ਤੇ ਉੱਥੇ ਉਹ ਰੱਖੇ ਹੋਏ ਸੀਗੇ। ਉਹਨਾਂ ਨੇ ਬੁੱਤ ਹਰ ਇੱਕ ਕਬੀਲੇ ਨੇ ਆਪਣੇ 365 ਕਿ ਕਿੰਨੇ ਸੀਗੇ। ਇਹ ਕਾਬਾ ਜਿਹੜਾ ਹੈਗਾ ਆਦਮ ਦਾ ਮੰਦਿਰ ਹੈਗਾ ਤੇ ਇਹ ਅਸਥਾਨ ਸਾਰਾ ਹੀ ਆਦਮ ਦਾ ਹੈਗਾ। ਇਹਦੇ 'ਚ ਅੱਲਾਹ ਦਾ ਕੋਈ ਤੋਲਕ ਨਹੀਂ ਹੈਗਾ, ਅੱਲਾਹ ਦੀ ਕੋਈ ਉੱਥੇ ਹੈ ਨਹੀਂ ਜੀ। ਤੇ ਉੱਥੇ ਲੋਕੀ ਆਪਣੇ ਪਿਓ ਦੇ ਬੰਦੇ ਸੀਗੇ, ਇਹ ਕਾਬੇ ਨੂੰ ਸੱਜੇ ਹੱਥ ਰੱਖ ਕੇ ਸਤਿਹਰੀ ਪ੍ਰਕਰਮਾ ਕਰਦੇ ਸੀਗੇ ਤੇ ਬਾ ਇਲਾ ਤੋਂ ਫਿਰ ਅਲ ਇਲਾ ਬਣਦਾ ਹੈਗਾ ਬਾ ਅੱਲਾ। ਅੱਜ ਜਾਂਦੇ ਨੇ ਇਹ ਉੱਥੇ ਖੱਬੇ ਹੱਥ ਰੱਖ ਕੇ ਪ੍ਰਕਰਮਿਆ ਕਰਦੇ ਨੇ ਸੱਤ ਲਾ ਇਲਾ ਮੈਂ ਸੀ ਛੱਡ ਦਿੱਤਾ ਆਪਣਾ ਕਬੀਲੇ ਦਾ ਪਿਓ, ਇਹ ਜੀ ਹਰਾਮੀ ਬਣ ਗਿਆ ਪੱਕੇ ਹਰਾਮੀ। ਤੇ ਫਿਰ ਉੱਥੇ ਮੁੱਲਾ ਜਿਹੜਾ ਹੈਗਾ ਮੁਫਤੀ ਉਹਨਾਂ ਨੂੰ ਕਹਿੰਦਾ ਹੁਣ ਤੁਸੀਂ ਮੁਸਲਮਾਨ ਬਣ ਗਏ ਜਿਸਮ ਦੇ, ਤੇ ਹੁਣ ਤੁਸੀਂ ਆਪਣਾ ਸਰਨੇਮ ਨਹੀਂ ਲਿਖਣਾ ਤੇ ਹਰ ਇੱਕ ਨਾਲ ਆਪਣਾ ਤੁਸੀਂ ਜਿੱਦਾਂ ਮਰਜ਼ੀ ਕਰੋ। ਇਹਨਾਂ ਜਿਹੜੇ ਮੁਹੰਮਡਨ ਹੈਗੇ ਨੇ ਇਹ ਪੁਸ਼ਤ ਦਰ ਪੁਸ਼ਤ ਆਪਣਾ ਸਰਨੇਮ ਬਦਲਦੇ ਕਈ, ਯਾਨੀ ਕਿ ਲੋਕਾਂ ਨੂੰ ਪਤਾ ਨਹੀਂ ਲੱਗ ਦਿੰਦੇ ਕੌਣ ਹੈਗਾ, ਇਹ ਆਪਣੀ ਜਾਤ ਛੁਪਾਉਂਦੇ ਨੇ। ਉਹ ਆਦਮੀ ਜਿਹੜਾ ਆਪਣੇ ਕੱਚੇ ਪਿਓ ਦਾ ਨਹੀਂ ਬਣਦਾ, ਕੱਚੀ ਇੱਟੇਗੀ ਉਹ ਪੱਕੀ ਇੱਟ ਦਾ ਕਿੱਦਾਂ ਬਣ ਜਾਏਗਾ, ਬਟ ਅਲ ਇਲਾ ਦਾ ਕਿਵੇਂ ਬਣ ਜਾਏਗਾ। ਅਲ ਇਲਾ ਦੇ ਉਹੀ ਬੰਦੇ ਨੇ ਜਿਹੜੇ ਅੱਲਾ ਇਲਾ ਦੇ ਪੁੱਤਰ ਹੈਗੇ ਨੇ, ਬੰਦੇ ਦੇ ਪੁੱਤਰ ਹੈਗੇ ਨੇ, ਸ਼ੈਤਾਨ ਦੇ ਨਹੀਂ। ਇਸ ਕਰਕੇ ਹਜ਼ਰਤ ਮੁਹੰਮਦ ਸਾਹਿਬ ਨੇ ਸੋਰੀ ਹਜ਼ਰਤ ਇਬਰਾਹਿਮ ਨੇ ਆਪਣੇ ਕਾਬਾ ਇਹ ਹੱਜ ਰਾਈਟਸ ਉਹਨੇ ਕਾਇਮ ਕੀਤੇ ਸੀਗੇ ਤਾਂ ਕਿ ਲੋਕੀ ਆਪਣੇ ਪਿਓ ਦੇ ਬਣੇ ਰਹਿਣ। ਉਹ ਏਦਾਂ ਇਹ ਹੈਗਾ ਹੈਗੇ। ਇਹਨਾਂ ਸ਼ੈਤਾਨਾਂ ਤੋਂ ਬਚ ਕੇ ਜਦੋਂ ਤੁਸੀਂ ਬਚ ਜਾਂਦੇ ਫਿਰ ਤੁਸੀਂ ਬੰਦੇ ਦੇ ਪੁੱਤਰ ਬਣਨੇ। ਜੇ ਇਹਨਾਂ ਦੇ ਇੱਕ ਦੇ ਵੀ ਕਾਬੂ ਆ ਗਏ ਤੇ ਫਿਰ ਸ਼ੈਤਾਨ ਦੇ ਪੁੱਤਰ। ਆਹ ਜਿਹੜਾ ਮਸ਼ਰਕ ਵੱਲ ਬਣਾਇਆ ਨਾ ਇਹਨੂੰ ਕਹਿੰਦੇ ਅਲਜਮਰ ਅਲ ਦੁਨੀਆ। ਇਹ ਹੈਗੇ ਉਹ ਹਰਾਮੀ ਹੈਗੇ ਜਿਹੜੇ ਕੰਜੜੀ ਦੇ ਪੇਟ ਚ ਜਾਂ ਮੰਦਰ ਦੀਆਂ ਦਾਸੀਆਂ ਦੇ ਪੇਟ ਚ ਪੈਦਾ ਹੁੰਦੇ ਨੇ। ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਤੇ ਇਹ ਜੇ ਭਗਤੀ ਕਰਨ ਇਹਨਾਂ ਨੂੰ ਸ਼ਾਦੀ ਕਰਨ ਦੀ ਇਜਾਜ਼ਤ ਨਹੀਂ ਹੈਗੀ, ਨਾ ਆਪਣੇ ਜ਼ਮੀਨ ਲੈ ਸਕਦੇ ਨੇ। ਪਲਾਨਟ ਅਰਥ ਜਿਹੜਾ ਹੈਗਾ ਕਬੀਲੇ ਦੇ ਪੁੱਤਰਾਂ ਲਈ ਹੈਗਾ, ਇਹ ਨਾ ਕਬੀਲੇ ਦੇ ਹੋਣ ਕਰਕੇ ਇਹਨਾਂ ਨੂੰ ਕੋਈ ਹੈ ਨਹੀਂ ਗੀ ਜ਼ਰੂਰਤ, ਇਜਾਜ਼ਤ ਨਹੀਂ ਹੈਗੀ। ਕ੍ਰਾਈਸਟ ਜੀਜ਼ ਜਿਹੜਾ ਸੀਗਾ ਯਸ਼ੂਆ ਉਹ ਬ੍ਰਹਮਾ ਦਾ ਯਾਵੇ ਦਾ ਪੁੱਤਰ ਸੀਗਾ ਜਾਂ ਖੁਦਾ ਦਾ, ਖੁਦਾ ਬ੍ਰਹਮਾ ਤੇ ਯਾਵੇ ਇੱਕ ਬਰਾਬਰ ਨੇ, ਉਹ ਖੁਦਾ ਦਾ ਪੁੱਤਰ ਸੀਗਾ, ਉਹ ਕਿਸੇ ਕਬੀਲੇ ਦਾ ਪੁੱਤਰ ਨਹੀਂ ਸੀਗਾ, ਉਹ ਸੀਗਾ ਅਨੋਇੰਟਡ ਮਸਟਰਡ ਸੀਡ। ਇਸ ਕਰਕੇ ਉਹਨੂੰ ਇਸ ਧਰਤੀ ਦੇ ਕੋਈ ਇਜਾਜ਼ਤ ਨਹੀਂ ਸੀ ਕੋਈ
ਆਪਣੇ ਕਾਇਮ ਕਰਨ ਦਾ ਰਹਿਣ ਦਾ ਜਦੇ ਕਹਿੰਦਾ ਸੀ ਨਾ ਦੀ ਜਿਹੜੇ ਅੱਗੇ ਫੋਕਸਿਸ ਹੈ ਹੋਰਸ ਪਰ ਦੀ ਸਨ ਆਫ ਮੈਨ ਹੈਜ਼ ਨਨ ਟੂ ਰੈਸਟ ਹਿਜ਼ ਹੈਡ ਤੇ ਜਦੋਂ ਗੁਜ਼ਰੀਆ ਸੀਗੇ ਆਪਣੇ ਉਦੋਂ ਹਰ ਇੱਕ ਚੀਜ਼ ਆਪਣੇ ਨਾਲ ਲੈ ਗਏ ਸੀਗੇ ਧਰਤੀ ਤੇ ਕੋਈ ਨਿਸ਼ਾਨ ਨਹੀਂ ਛੱਡਿਆ ਉਹਨਾਂ ਨੇ ਤੇ ਇਹਨਾਂ ਨੂੰ ਮਸਟਰਡ ਸੀਡ ਕਹਿੰਦੇ ਇਹ ਭਗਤ ਹੁੰਦੇ ਬਹੁਤ ਵੱਡੇ ਇਹ ਹੈਗੇ ਸ਼ੈਤਾਨ ਜਿਹੜੇ ਕਿ ਆਪਣਾ ਮਾਇਆ ਦੀ ਖਾਤਰ ਆਪਣੀ ਕੌਮ ਬਦਲ ਲੈਂਦੇ ਨੇ ਜਿਹਦਾ ਖੱਤਰੀ ਹੋਰ ਆਪਣੇ ਗੈਰ ਜਿਹੜੇ ਇੰਡੀਆ ਤੋਂ ਤਜਾਰਤੀ ਲੋਕ ਬਣੀਏ ਬੁਰੀਏ ਤੇ ਉੱਥੇ ਗਏ ਜਦੋਂ ਅਰੇਬੀਅਨ ਕੰਟਰੀ ਤੇ ਦੇਖਿਆ ਵੀ ਅਮੀਰ ਉੱਥੇ ਬਣੇ ਹੋਏ ਲੋਕੀ ਤੇ ਉਹਨਾਂ ਦੇ ਨਾਲ ਰਲਣ ਲਈ ਉਹਨਾਂ ਦੇ ਉਹਨਾਂ ਨੇ ਅਖਤਿਆਰ ਕਰ ਲਿਆ ਸਰਨੇਮ ਕੋਈ ਜਾਫਰੀ ਕਲਾਉਣ ਲੱਗ ਪਿਆ ਕੋਈ ਮਿਸਾਰੀ ਕਲਾਉਣ ਲੱਗ ਪਿਆ ਵੀ ਕੁਛ ਕਲਾਉਣ ਲੱਗ ਪਿਆ ਇਹ ਜਿਹੜੇ ਹੈਗੇ ਨੇ ਸਰਨੇਮ ਇਹ ਬਦਲੇ ਸੀਗੇ ਮਾਇਆ ਦੀ ਖਾਤਰ ਤੇ ਅਸਲੀ ਸ਼ੈਤਾਨ ਹੈਗੇ ਨੇ ਜਿਹੜੇ ਖੱਤਰੀ ਬਣੇ ਸੀ ਜਦੋਂ ਮੁਹੰਮਦ ਇਹਨਾਂ ਨੇ ਆਪਣੀ ਕੌਮ ਸ਼ੇਖ ਬਦਲ ਲਈ ਤੇ ਫਿਰ ਉਹਨਾਂ ਨੇ ਕਿਹਾ ਜਿਸੂ ਦਾ ਕੁਛ ਨਾ ਬਣੇ ਉਹਦਾ ਬਣੇ ਖੇਸ ਜਿਹਦੀ ਕੋਈ ਜਾਤ ਨਾ ਹੋ ਸ਼ੇਖ ਤੇ ਫਿਰ ਉਹਨਾਂ ਨੇ ਕਿਹਾ ਸ਼ੇਖ ਔਰ ਸ਼ੈਤਾਨ ਕਾ ਰੁਤਬਾ ਏਕ ਹੈ ਔਰ ਸ਼ੈਤਾਨ ਸ਼ੇਖ ਸੇ ਕਦਰੇ ਨੇਕ ਹੈ ਕਿ ਉਹ ਆਹ ਭਗਤ ਬਣ ਸਕਦਾ ਆਹ ਨਹੀਂ ਬਣ ਸਕਦਾ ਤੇ ਹਰਾਮੀ ਰਹੇਗਾ ਇਹ ਹੈਗਾ ਜਿਹੜਾ ਇਹਦੇ ਦੋ ਨਾਂ ਨੇ ਜਿਹੜਾ ਮਗਰਬ ਵੱਲ ਹੈਗਾ ਅਲਜਮਾਰ ਅਲਕੁਬਰਾ ਇਹ ਜਦੋਂ ਪੋਲੀਟੀਕਲ ਪਾਰਟੀਜ਼ ਹੁੰਦੀਆਂ ਕਾਂਗਰਸ ਹੋਈ ਕਮਿਊਨਿਸਟ ਹੋਈ ਗ੍ਰੀਨ ਪਾਰਟੀ ਲੇਬਰ ਕੰਜ਼ਰਵੇਟਿਵ ਇੱਦਾਂ ਦੇ ਨਾਂ ਹੁੰਦੇ ਨੇ ਉਹਨਾਂ ਦਾ ਜਿਹੜਾ ਹੁੰਦਾ ਨਾ ਮੁਖੀ ਉਹ ਹੈਗਾ ਸ਼ੈਤਾਨ ਹੈਗਾ ਅਲਜਮਾਰ ਅਲਕੁਬਰਾ ਜਦੋਂ ਰਿਲੀਜੀਅਸ ਕਲਰ ਲੈਂਦੇ ਨਾ ਆਪਣੇ ਹਿੰਦੂ ਸਿੱਖ ਦੇ ਮੁਸਲਮਾਨ ਬਣ ਜਾਂਦੇ ਨੇ ਹਿੰਦੂ ਜੱਟ ਬਣ ਗਏ ਸਿੱਖ ਜੱਟ ਬਣ ਗਏ ਮੁਸਲਮਾਨ ਜੱਟ ਬਣ ਗਏ ਇੱਥੇ ਆਉਂਦੇ ਨੇ ਫਿਰ ਉਹ ਫਿਰ ਜਿਹੜਾ ਹੈਗਾ ਮਜ਼ਹਬ ਦੇ ਨਾਂ 'ਤੇ ਜਿਹੜਾ ਹੈਗਾ ਨਾ ਇਹ ਸ਼ੈਤਾਨ ਉਹਨਾਂ ਨੂੰ ਭੜਕਾਉਂਦਾ ਹੈਗਾ ਇਹ ਹੈਗਾ ਅਲਜਮਾਰ ਅਲ ਅਕਸਾ ਇਹ ਸਾਰਿਆਂ ਨਾਲੋਂ ਖਤਰਨਾਕ ਹੈਗਾ 1947 'ਚ ਇਹਨੇ ਨੁਕਸਾਨ ਕੀਤਾ ਸੀਗਾ ਅਲਜਮਾਰ ਅਲ ਅਕਸਾ ਨੇ ਤੇ ਇਹਨਾਂ ਸ਼ੈਤਾਨਾਂ 'ਚੋਂ ਬਚ ਜਾਓਗੇ ਫਿਰ ਆਪਣੇ ਤੁਸੀਂ ਪਿਓ ਦੇ ਬਣੋਗੇ ਤੇ ਇਸੇ ਕਰਕੇ ਕਾਬਾ 'ਚ ਬਣਾਏ ਨੇ ਇਹ ਸਾਰਾ ਆਰਟੀਕਲ ਤੁਹਾਨੂੰ ਮਿਲ ਜਾਏਗਾ ਮੇਰੀ ਯੂਟਿਊਬ ਦੀ ਡਿਸਕ੍ਰਿਪਸ਼ਨ 'ਤੇ ਤੇ ਜਿਹਨਾਂ ਨੂੰ ਹੋਸ਼ ਹੈਗੀ ਵੀ ਆਪਣੇ ਪਿਓ ਦੀ ਬਣਨ ਦੀ ਉਹ ਫਿਰ ਉਹਨਾਂ ਨੂੰ ਕੱਚਾ ਉਹਨਾਂ ਨੂੰ ਪਾ ਚੜ੍ਹਦਾ ਹੈਗਾ ਕੱਪੜਾ ਹੈਗਾ ਇਹਨੂੰ ਰੰਗਣਾ ਹੈਗਾ ਇਹਨੂੰ ਪਹਿਲਾਂ ਪੱਕਾ ਰੰਗ ਦੇ ਨੇ ਇਹਨੂੰ ਪਹਿਲਾਂ ਪਾ ਦੇਈਦਾ ਪਾ ਨੂੰ ਕਹਿੰਦੇ ਮਾਡਰਨ ਪਾ ਦੇ ਕੇ ਤੇ ਫਿਰ ਰੰਗ ਚੜਾਓ ਤੇ ਫਿਰ ਉਹ ਉਤਰਦਾ ਨਹੀਂ ਹੈਗਾ ਮਜ਼ਹਬ ਵਿੱਚ ਵੀ ਪਾ ਦੇਈਦਾ ਹੈਗਾ ਜਿਹੜਾ ਪਾ ਹੈਗਾ ਪਹਿਲਾਂ ਉਹ ਹੈਗਾ ਪਹਿਲਾਂ ਆਪਣੇ ਕੱਚੇ ਪਿਓ ਦਾ ਬਣੋ ਐਸ ਪਿਓ ਦਾ ਬਣੋ ਫਿਰ ਪੱਕੇ ਪਿਓ ਦਾ ਬਣੋਗੇ ਤੁਸੀਂ ਜੇ ਕੱਚੇ ਪਿਓ ਦੇ ਨਹੀਂ ਹੈਗੇ ਤੇ ਪੱਕੇ ਦੇ ਨਹੀਂ ਬਣ ਸਕਦੇ ਜੇ ਕੱਚੇ ਪਿਓ ਦੀ ਪਛਾਣ ਨਹੀਂ ਤੇ ਪੱਕੇ ਨੂੰ ਕਿੱਦਾਂ ਪਛਾਣ ਲਵੋਗੇ ਇਸ ਕਰਕੇ ਉਹ ਲੋਕ ਜਿਹੜੇ ਕੱਚੇ ਪਿਓ ਦੇ ਬਣਦੇ ਨੇ ਉਹੀ ਪੱਕੇ ਦੇ ਬਣਦੇ ਨੇ ਤੇ ਉਹ ਜੌਨ ਦੀ ਬਾਪਟਿਸਟ ਆਇਆ ਸੀਗਾ ਉਹ ਫਿਰ ਦੱਸਿਆਗਾ ਇਹ ਜਿਹੜੇ ਜਦੋਂ ਇਹ ਜਿਸਮ ਦੇ ਜੀਵ ਬਣ ਗਏ ਸੀਗੇ ਇਹ ਸ਼ੈਤਾਨ ਬਣ ਗਏ ਸੀ ਅਲਜਮਾਰ ਅਲ ਅਕਸਾ ਦੇ ਜਦੋਂ ਜਿਸਮ ਦੇ ਜੀਵ ਬਣ ਗਏ ਨਾ ਉਦੋਂ ਆਹ ਸ਼ੈਤਾਨ ਬਣ ਗਏ ਸੀ ਜੀਵ ਜਿਹੜਾ ਹੈਗਾ ਮਜ਼ਹਬੀ ਰੂਪ ਹੈਗਾ ਇਹ ਜਿਸਮ ਨਹੀਂ ਹੈਗਾ ਇਹ ਜਿਸਮ ਦੇ ਬਣ ਗਏ ਸੀ ਜੀਵ ਜਦੋਂ ਜੀਜ਼ ਆਇਆ ਤੇ ਉਸ ਤੋਂ ਪਹਿਲਾਂ ਤਦੇ ਜੀਜ਼ ਨੂੰ ਕੁਆਰੀ ਦੇ ਜਨਮ ਲੈਣਾ ਪਿਆ ਸੀ ਜੁਡਾ ਟ੍ਰਾਈਬ ਦੇ ਆਉਣਾ ਸੀ ਉਹਨੇ ਉਹੀ ਸ਼ੈਤਾਨ ਸੀਗੇ ਇੱਕ ਨੰਬਰ ਦੇ ਜਿੱਦਾਂ ਇੰਡੀਆ 'ਚ ਖੱਤਰੀ ਕੌਮ ਦੇ ਲੋਕ ਸ਼ੈਤਾਨ ਹੈਗੇ ਨੇ ਇੱਕ ਨੰਬਰ ਦੇ ਸ਼ੈਤਾਨ ਖੱਤਰੀ ਹੈਗੇ ਨੇ ਇਹ ਮੁੱਲਾ ਬਣੇ ਤੇ ਇਹਨਾਂ ਨੇ ਅੱਤ ਚੱਕੀ ਹੋਈ ਸੀ ਤੇ ਇਸ ਕਰਕੇ ਉਹਨੇ
ਪਹਿਲਾਂ ਰੱਬ ਨੇ ਘੱਲੇ ਵੀ ਪਹਿਲਾਂ ਬੰਦੇ ਦੇ ਪੁੱਤਰ ਬਣਾਓ ਫਿਰ ਉਹ ਅੱਲਾ ਦੇ ਪੁੱਤਰ ਬਣਨਗੇ ਤੇ ਬੰਦੇ ਦੇ ਪੁੱਤਰ ਲਈ ਫਿਰ ਅੱਜ ਆਉਣ ਦੀ ਬਾਪਟਿਸਟ ਆਇਆ ਸੀਗਾ ਇਹਨੇ ਉਹਨਾਂ ਨੂੰ ਪਾਣੀ ਚ ਡੁਬਕੀ ਦਿੱਤੀ ਕਿਉਂ ਆਪਾਂ ਜਿਹੜਾ ਸਰੀਰ ਹੈਗਾ ਪਾਣੀ ਹੈਗਾ ਨਾ ਜ਼ਿਆਦਾ ਪਾਣੀ ਚ ਡੁਬਕੀ ਦਿੱਤੀ ਸੀਗੀ ਇਬਰਾਹਿਮ ਦੇ ਨਾਂ ਤੇ ਜਿਹੜੇ ਇਹਦੇ ਕੋਲ ਆਏ ਸੀਗੇ ਉਹ ਆਏ ਸੀਗੇ ਜਿਹਨਾਂ ਨੂੰ ਸੁਰਤੀ ਸੀਗੀ ਕਿ ਉਹ ਜਿਹੜਾ ਹੈਗਾ ਜਦ ਤੁਸੀਂ ਜੀਵ ਬਣ ਜਾਂਦੇ ਜਿਸਮ ਦੇ ਤੁਸੀਂ ਤਾਂ ਸ਼ੈਤਾਨ ਦੇ ਪੁੱਤਰ ਬਣ ਜਾਂਦੇ ਉਹ ਜੀਵ ਉਹ ਜਿਹੜੇ ਸੀਗੇ ਆਪਣੇ ਚੋਜ਼ਨ ਪੀਪਲ ਜਿਹਨਾਂ ਨੂੰ ਇਹ ਭਾਂਪ ਗਈ ਕਿ ਜਦੋਂ ਜੀਵ ਬਣ ਜਾਈਦਾ ਜਿਸਮ ਦਾ ਉਦੋਂ ਆਪਾਂ ਆਪਣਾ ਜਿਹੜਾ ਕੋਵਨੈਂਟ ਹੈਗਾ ਉਹ ਇਬਰਾਹਿਮ ਨਾਲ ਟੁੱਟ ਜਾਂਦਾ ਹੈਗਾ ਕੋਈ ਇਬਰਾਹਿਮ ਸਮੈਟਿਕ ਰੇਸ ਦਾ ਸੀਗਾ ਜੇ ਤੁਸੀਂ ਜੁਡਾ ਟ੍ਰਾਈਬ ਦੇ ਰਹੋ ਤਦ ਤੁਹਾਡਾ ਕੋਵਨੈਂਟ ਬਣਿਆ ਰਹਿੰਦਾ ਹੈਗਾ ਜੁਡਾ ਟ੍ਰਾਈਬ ਦੇ ਲੋਕਾਂ ਨੇ ਜੁਡਿਜ਼ਮ ਚਲਾਇਆ ਜੁਡਿਜ਼ਮ ਤੋਂ ਜੀਵ ਬਣ ਗਏ ਜਿਸਮ ਦੇ ਇਹ ਸਾਰਿਆਂ ਨੂੰ ਜ਼ਿਆਦਾ ਬਣੇ ਹੋਏ ਸੀ ਜਿਸਮ ਦੇ ਬਾਕੀ ਉਹਨਾਂ 'ਚ ਘੱਟ ਸੀਗੇ ਅਤੇ ਜਿਹਨਾਂ ਨੂੰ ਇਹ ਹੋਸ਼ ਆ ਗਈ ਕਿ ਜੇ ਤੁਸੀਂ ਜਿਸਮ ਦੇ ਬਣ ਜਾਂਦੇ ਜੇ ਜੀਵ ਜਾਂ ਹਿੰਦੂ ਸਿੱਖ ਜਾਂ ਮੁਸਲਿਮ ਜਿਸਮ ਦੇ ਬਣ ਜਾਂਦੇ ਆ ਤਾਂ ਤੁਸੀਂ ਸ਼ੈਤਾਨ ਦੇ ਪੁੱਤਰ ਬਣ ਜਾਂਦੇ ਆ ਅਲਜਮਾਰ ਅਲ ਅਕਸਾ ਦੇ ਅਤੇ ਉਹ ਜਿਹੜੇ ਉਹਦੇ 'ਚੋਂ ਨਿਕਲ ਗਿਆ ਨਾ ਸ਼ੈਤਾਨ ਦੇ ਪੁੱਤਰ 'ਚੋਂ ਉਹ ਫਿਰ ਜੌਨ ਦੀ ਬਾਪਟਿਸਟ ਤੁਰ ਗਏ ਸੀਗੇ ਉਹਨੇ ਫਿਰ ਉਹਨਾਂ ਨੂੰ ਬਪਟਾਈਜ਼ ਕੀਤਾ ਪਾਣੀ 'ਚ ਇਬਰਾਹਿਮ ਦੇ ਨਾਂ 'ਤੇ ਅਤੇ ਉਹਨਾਂ ਨੂੰ ਫਿਰ ਇਬਰਾਹਿਮ ਦੇ ਪੁੱਤਰ ਬਣਾਇਆ ਸਾਲਟ ਆਫ ਦੀ ਅਰਥ ਆਦਮ ਬੰਦੇ ਦੇ ਪੁੱਤਰ ਅਤੇ ਜੀਜ਼ ਜਿਹੜਾ ਸੀਗਾ ਉਹਦਾ ਪਿਓ ਜਿਹੜਾ ਸੀਗਾ ਉਹ ਬ੍ਰਹਮਾ ਸੀਗਾ ਬ੍ਰਹਮਾ ਖੁਦਾ ਯਾਵੇ ਇਹ ਸਭ ਬਰਾਬਰ ਹੈਗੇ ਕੁਦਰਤ ਇਹ ਸਾਰੀ ਜਿਹੜੀ ਸ੍ਰਿਸ਼ਟੀ ਹੈਗੀ ਆਹ ਸ੍ਰਿਸ਼ਟੀ ਜਿਹੜੀ ਹੈਗੀ ਨਜ਼ਰ ਆਉਂਦੀ ਦੋ ਅੱਖਾਂ ਨਾਲ ਇਹ ਸਾਰੀ ਬ੍ਰਹਮਾ ਜੀ ਹੈਗੀ ਖੁਦਾ ਅਤੇ ਯਾਵੇ ਜੀ ਹੈਗੀ ਜਿਹੜੀ ਚੀਜ਼ ਨਜ਼ਰ ਨਹੀਂ ਆਉਂਦੀ ਜਿਹੜੀ ਫਿਰ ਰੂਹ ਹੈਗੀ ਉਹ ਹੈਗੀ ਸੁਪਰ ਨੈਚੁਰਲ ਫਾਦਰ ਉਹ ਹੈਗਾ ਆਪਣੇ ਐਲੋਹੀਮ ਅੱਲਾ ਪਾ ਬ੍ਰਹਮ ਇਹ ਨੈਚੁਰਲ ਫਾਦਰ ਬ੍ਰਹਮਾ ਉਹ ਸੁਪਰ ਨੈਚੁਰਲ ਅਤੇ ਜਦੋਂ ਇਹਨੇ ਫਿਰ ਬ੍ਰਹਮਾ ਦੇ ਪੁੱਤਰ ਬਣਾਇਆ ਨਾ ਇੱਥੇ ਲੋਕਾਂ ਨੂੰ ਅਤੇ ਜੀਜ਼ ਨੂੰ ਡੁਬਕੀ ਦਿੱਤੀ ਸੀ ਯਾਵੇ ਦੇ ਨਾਂ 'ਤੇ ਉਹਦਾ ਨਾਂ ਸੀ ਯਸ਼ੁਆ ਯਸ਼ੁਆ ਦੋ ਅਰਬ ਹੈਗੇ ਨੇ ਯਾ ਫਰਮ ਯਾਵੇ ਅਤੇ ਸ਼ੁਆ ਤਾਂ ਸ਼ਿਵਾ ਹੁੰਦਾ ਪ੍ਰਾਈਮਰ ਐਡਮ ਸ਼ਿਵਾ ਸ਼ਿਵਾ ਪ੍ਰਾਈਮਰ ਐਡਮ ਫਸਟ ਬੋਰਨ ਆਫ ਯਾਵੇ ਜੀ ਸੈਕਿੰਡ ਐਡਮ ਮੇਰੀ ਉਹ ਜਿਹੜੀ ਸੀਗੀ ਸਰੋਗੇਟ ਮਦਰ ਸੀਗੀ ਅਤੇ ਜੋਸਫ ਜਿਹੜਾ ਸੀ ਫੋਸਟਰ ਫਾਦਰ ਸੀਗਾ ਉਹਨੇ ਫਿਰ ਉਹਨੂੰ ਜੀਜ਼ ਨੂੰ ਡੁਬਕੀ ਦਿੱਤੀ ਸੀ ਪਾਣੀ 'ਚ ਯਾਵੇ ਦੇ ਨਾਂ 'ਤੇ ਇਹ ਜਿਹੜਾ ਜੌਨ ਦੀ ਬਾਪਟਿਸ ਸੀਗਾ ਇਹ ਯਾਵੇ ਲਈ ਕੰਮ ਕਰਦਾ ਸੀਗਾ ਪ੍ਰੋਫਿਟ ਅਲਾਈਜ਼ਾ ਜਿਹੜੇ ਪ੍ਰੋਫਿਟ ਹੁੰਦੇ ਨੇ ਪ੍ਰੋਫਿਟ ਤੁਹਾਨੂੰ ਮੋਰਲ ਸ਼ਿਕਸ਼ਾ ਦੇਣ ਵਾਲੇ ਹੁੰਦੇ ਨੇ ਆਈਡੀਅਲ ਇਹਨਾਂ ਨੂੰ ਏਂਜਲ ਵੀ ਕਹਿੰਦਾ ਅਤੇ ਆਹ ਹੈਗਾ ਉਹਨਾਂ ਦਾ ਪ੍ਰੋਫਿਟ ਅਤੇ ਸੰਤ ਇੱਥੇ ਹੈਗੇ ਪ੍ਰੋਫਿਟ ਅਤੇ ਏਂਜਲ ਦੇਵਤਾ ਇੱਥੇ ਹੈਗੇ ਨੇ ਸੇਂਟ ਭਗਤ ਜਿਹੜੇ ਕਿ ਪਾਰ ਬ੍ਰਹਮ ਨਾਲ ਅੱਲਾ ਨਾਲ ਸਿੱਧਾ ਤੋਲਕ ਕਰਦੇ ਨੇ ਇਹ ਅੱਲਾ ਦਾ ਘਰ ਹੈਗਾ ਆ ਹੈਗਾ ਖੁਦਾ ਦਾ ਖੁਦਾ ਯਾਵੇ ਅਤੇ ਬ੍ਰਹਮਾ ਦਾ ਆ ਘਰ ਹੈਗੇ ਜਾਂ ਅੱਲਾ ਪਾਰਬ੍ਰਹਮ ਅਤੇ ਐਲੋਹੀਮ ਦਾ ਹੈਗੇ ਘਰ ਕ੍ਰਾਈਸਟ ਜਿਹੜਾ ਸੀਗਾ ਉਹ ਸਨ ਆਫ ਐਲੋਹੀਮ ਸੀਗਾ ਅਤੇ ਜੀਜ਼ ਜਿਹੜਾ ਸੀਗਾ ਜੀਜ਼ ਉਹਦਾ ਜਿਸਮ ਸੀਗਾ ਕ੍ਰਾਈਸਟ ਉਹਦੇ ਦਿਲ 'ਚ ਸੀਗਾ ਜਿਸਮ ਉਹਦਾ ਜੀਜ਼ ਸੀਗਾ ਉਹ ਜੀਜ਼ ਜਿਹੜਾ ਸੀਗਾ ਉਹ ਬ੍ਰਹਮਾ ਦਾ ਪੁੱਤਰ ਸੀਗਾ ਜਾਂ ਯਾਵੇ ਦਾ ਅਤੇ ਇਸ ਕਰਕੇ ਇਸ ਨੇ ਜੌਨ ਦੀ ਬਾਪਟਿਸਟ ਨੇ ਉਹਨਾਂ ਨੂੰ ਪਾ ਦਿੱਤਾ ਸੀਗਾ ਜਿਹਦਾ ਕੱਪੜੇ ਨੂੰ ਪਾ ਦੇਈਦਾ ਨਾ ਇੱਦਾਂ ਪਾ ਦਿੱਤਾ ਸੀ ਆਪਣੇ ਪਿਓ ਦਾ ਬਣਾਇਆ ਸੀ ਕੱਚੇ ਪਿਓ ਦਾ ਕੱਚੀ ਇੱਟ ਤਿਆਰ ਕੀਤੀ ਸੀ ਇਹਨੇ ਫਿਰ ਉਹ ਆ ਪੱਠਾ ਹੈਗਾ ਨਾਮ ਦਾ ਨਾਮ ਦੇ ਪੱਠੇ 'ਚੋਂ ਨਿਕਲ ਕੇ ਫਿਰ ਪੱਕੀ ਇੱਟ ਬਣਦੀ ਹੈਗੀ ਫਿਰ ਆਪਣੇ ਜਿੱਦਾਂ ਦਾ ਪਿਓ ਉੱਦਾਂ ਦਾ ਪੁੱਤਰ
ਤੇ ਆ ਜਿਹੜੇ ਹੈਗਾ ਇਹ ਹੈਗਾ ਨੈਰੋ ਗੇਟ ਇਹਦਾ ਸੋਲੀਟਰੀ ਇਹਦੇ ਇੱਕੋ ਆਦਮੀ ਅੰਦਰ ਜਾ ਪਏ ਤਾਂ ਦੋ ਨਹੀਂ ਸੋਲੀਟਰੀ ਲਈ ਹੈਗੀ ਜੇ ਤੁਸੀਂ ਨਿਊ ਟੈਸਟਾਮੈਂਟ ਪੜ੍ਹੋ ਉਹ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦੱਸੇਗਾ ਤੇ ਤੁਹਾਡੇ ਆਦਿ ਗ੍ਰੰਥ ਜਿਹੜਾ ਹੈਗਾ ਇਹ ਔਖਾ ਹੈਗਾ ਥੋੜ੍ਹਾ ਜਿਹਾ ਇਹ ਦੂਜਾ ਜਿਹੜਾ ਸੀਗਾ ਆਪਣੇ ਕਮਿੰਗ ਆਫ ਸੈਕਿੰਡ ਕ੍ਰਾਈਸਟ ਸੋਰੀ ਕਮਿੰਗ ਆਫ ਸੈਕਿੰਡ ਜੀਸਸ ਕ੍ਰਾਈਸਟ ਤਾਂ ਹਮੇਸ਼ਾ ਰਹਿੰਦਾ ਨਾ ਇਨ ਦੀ ਬਿਗਨਿੰਗ ਹੀ ਵਾਸ ਫੋਰ ਐਵਰ ਕ੍ਰਾਈਸਟ ਸਟੈਂਡ ਫਾਰ ਹਿਜ ਵਰਡ ਕ੍ਰਾਈਸਟ ਜਿਹੜਾ ਹੈਗਾ ਹਿਜ ਵਰਡ ਹੈਗਾ ਨਾ ਤੇ ਜਿਹਦੇ ਕੋਲ ਹਿਜ ਵਰਡ ਹੈਗਾ ਉਹ ਕ੍ਰਾਈਸਟ ਹੈਗਾ ਮੈਂ ਪ੍ਰੀਚ ਕਰਦਾ ਹੈਗਾ ਮੈਂ ਕ੍ਰਿਸਚੀਅਨ ਨਹੀਂ ਹੈਗਾ ਮੈਂ ਕ੍ਰਾਈਸਟ ਹੈਗਾ ਮੈਂ ਜਿਹੜੀ ਚੀਜ਼ ਤੁਹਾਨੂੰ ਦੱਸਦਾ ਆਪਣੇ ਮੂੰਹ 'ਚੋਂ ਦੱਸਦਾ ਹੈਗਾ ਸਮਝ ਕੇ ਲੌਜੀਕਲੀ ਮੈਂ ਸੋਚਦਾ ਉਹਨਾਂ 'ਤੇ ਵਿਚਾਰ ਕਰਕੇ ਤੇ ਫਿਰ ਮੈਨੂੰ ਦੱਸਦਾ ਹੈਗਾ ਗਿਆਨੀ ਉਹ ਜੋ ਆਪ ਵਿਚਾਰੇ ਇਹ ਜਿਹੜਾ ਸਬਜੈਕਟ ਹੈ ਗਿਆਨੀਆਂ ਲਈ ਹੈਗਾ ਇਹ ਕਿਤਾਬੀ ਕੀੜਿਆਂ ਲਈ ਨਹੀਂ ਹੈਗਾ ਜਿਹੜੀ ਯੂਨੀਵਰਸਿਟੀਆਂ 'ਚ ਡਿਗਰੀਆਂ ਲਿਆ ਉਹਦੇ ਕਿਤਾਬੀ ਪੜ੍ਹ ਕੇ ਇਹ ਹੈਗੇ ਅਸਲ ਗਧੇ ਆਕਸਫੋਰਡ 'ਚ ਲੱਗ ਗਈ ਹੈਗਾ 26-27 ਮੀਲ ਹੈਗਾ ਮੈਂ ਜਾਣਦਾ ਹਾਂ ਮੈਂ ਕਦੀ ਕਦੀ ਅਤੇ ਉੱਥੇ ਜਿਹੜੇ ਪ੍ਰੋਫੈਸਰ ਹੈਗੇ ਥਿਓਲੋਜੀ ਦੇ ਉਹਨਾਂ ਨੂੰ ਸਵਾਲ ਪੁੱਛਦਾ ਨਾ ਜਦੋਂ ਉਹਨਾਂ ਦੀ ਬਾਈਬਲ ਹੀ ਚੋਈ ਉਹਨਾਂ ਨੂੰ ਨਹੀਂ ਆਉਂਦੇ ਤਾਂ ਮੈਂ ਉਹਨੂੰ ਕਹਿੰਦਾ ਯੂ ਆਰ ਸੁਪਰ ਡੋਂਕੀ ਕੈਰੀ ਉਹਦੀ ਬੁੱਕਸ ਅਤੇ ਬੜੇ ਗੁੱਸੇ ਹੁੰਦੇ ਵੀ ਇਹ ਸੁਪਰ ਡੋਂਕੀ ਕਹਿੰਦਾ ਪਰ ਉਹ ਇੰਨਾ ਚਪੇੜ ਨਹੀਂ ਮਾਰਦੇ ਉਹ ਸੋਚਦੇ ਨੇ ਅਤੇ ਕਈ ਤਾਂ ਫਿਰ ਮੂੰਹ ਬਣਾ ਕੇ ਦੌੜ ਜਾਂਦੇ ਨਾ ਅਤੇ ਜਿਹੜਾ ਜਿਹਨਾਂ ਕੋਲ ਸਫ਼ਰ ਹੈਗਾ ਉਹ ਫਿਰ ਕਰਦੇ ਨੇ ਓਕੇ ਉਹਦੇ 'ਤੇ ਵਿਚਾਰ ਅਤੇ ਇਸ ਕਰਕੇ ਇਹ ਜਿਹੜੀ ਚੀਜ਼ ਹੈਗੀ ਜਿਹਨਾਂ ਕੋਲ ਸਹਿਜ ਹੈਗਾ ਉਹੀ ਸਮਝਣਗੇ ਜਿਹੜੇ ਚਤਰ ਚਲਾਕ ਹੈਗੇ ਨੇ ਜਾਂ ਜਿਹੜੇ ਮੂਰਖ ਹੈਗੇ ਨੇ ਉਹ ਇਹ ਜਿਹੜਾ ਹੁੰਦਾ ਸਬਜੈਕਟ ਇਹ ਕੌੜਾ ਹੈਗਾ ਸੱਤ ਕੌੜਾ ਹੈਗਾ ਸੱਚ ਕੌੜਾ ਹੈਗਾ ਸੱਤ ਤਾਂ ਉਹਦੇ ਤਾਂ ਵੀ ਵੱਡਾ ਕੌੜਾ ਹੈਗਾ ਨਾ ਇਹ ਜਿਹੜਾ ਕੌੜਾ ਹੈਗਾ ਕੁੜਿਆ ਕੜੱਤਨ ਜਿਹੜੀ ਹੈਗੀ ਉਹੀ ਸਹਿ ਸਕਦਾ ਜਿਹਦੇ ਕੋਲ ਸਹਿਜ ਹੈਗਾ ਉਹਨੂੰ ਆਨੰਦ ਆਏਗਾ ਇਹਨੂੰ ਬਿਟਰ ਟੈਬਲੇਟ ਕਹਿੰਦੇ ਨੇ ਉਹ ਹੈਗੀ ਸ਼ੂਗਰ ਕੋਟੇ ਟੈਬਲੇਟ ਜਿਹੜਾ ਕੂੜ ਹੈਗਾ ਮਿੱਠਾ ਕੂੜ ਮਿੱਠਾ ਕੂੜ ਮਾਖਿਓ ਮਿੱਠਾ ਕੂੜ ਡੋਬੇ ਕੂੜ ਇਹ ਫਿਰ ਕੂੜਾਂ ਦੇ ਕੂੜ ਡੋਬਦਾ ਜਿੱਦਾਂ ਹੁਣ ਆਹ ਲੜਾਈ ਇੰਡੀਆ ਪਾਕਿਸਤਾਨ 'ਚ ਲੱਗਣੀ ਹੈਗੀ 1947 'ਚ ਲੱਗੀ ਸੀਗੀ ਕਿੱਦਾਂ ਲੋਕ ਮਰੇ ਸੀਗੇ ਕਿਉਂ ਉਹ ਬਣ ਗਏ ਸੀਗੇ ਹਿੰਦੂ ਸਿੱਖ ਅਤੇ ਮੁਸਲਮਾਨ ਜਿਸਮ ਦੇ ਅਤੇ ਫਾਦਰ ਮੇਰੇ ਉੱਥੇ ਮਿੰਟੂ ਵੀ ਸੀਗੇ ਸੀ ਤਾਂ ਉਹਨਾਂ ਨੂੰ ਕਹਿੰਦੇ ਸੀਗੇ ਵੀ ਜੇ ਤੁਸੀਂ ਆਪਣਾ ਪਿਓ ਬਦਲ ਲਿਆ ਨਾ ਹੁਣ ਜਿਹੜਾ ਘਰ ਹੈਗਾ ਤਾਂ ਜੱਟ ਦਾ ਹੈਗਾ ਖੇਤ ਜੱਟਾਂ ਦੇ ਹੁਣ ਤੁਸੀਂ ਕਹਿਣ ਲੱਗ ਪਏ ਨਾ ਆਪਣੇ ਆਪ ਨੂੰ ਸਿੱਖ ਕੌਮ ਬਣਾ ਲਈ ਨਾ ਹੁਣ ਤੁਸੀਂ ਆਪਣੀ ਕੌਮ ਬਦਲ ਲਈ ਹੁਣ ਜੱਟ ਪਿਓ ਨੇ ਤੁਹਾਨੂੰ ਛਿੱਤਰ ਮਾਰ ਕੇ ਤਾਂ ਘਰੋਂ ਬਾਹਰ ਕੱਢ ਦੇਣਾ ਹੈਗਾ ਅਤੇ ਆਪਣੇ ਨਵੇਂ ਘਰ ਢੂੰਡ ਲਓ ਹੁਣੇ ਨਵਾਂ ਘਰ ਢੂੰਡੋ ਉਹ ਉਹਨੇ ਕੱਢ ਦੇਣਾ ਘਰੋਂ 1947 'ਚ ਕੱਢੇ ਸੀ ਫਿਰ ਗਏ ਗੁਰਦੁਆਰੇ ਉਹ ਨਾਨਕ ਕਹਿੰਦਾ ਤੂੰ ਕੱਚੇ ਪਿਓ ਦਾ ਤਾਂ ਬਣਿਆ ਨਹੀਂ ਤੇ ਪੱਕੇ ਦਾ ਕਿੱਦਾਂ ਬਣ ਜਾਏਗਾ ਤੈਨੂੰ ਪਾ ਤਾਂ ਚੜ੍ਹੀ ਨਹੀਂ ਹੈਗੀ ਕੱਪੜੇ ਨੂੰ ਤੇ ਪੱਕੇ ਦਾ ਕਿੱਦਾਂ ਬਣ ਜਾਏਗਾ ਪਾਰ ਬ੍ਰਹਮ ਦਾ ਉਹਨੇ ਵੀ ਕੱਢ ਦਿੱਤਾ ਸ਼ੈਤਾਨ ਦੀ ਕੋਈ ਉੱਥੇ ਮੁਕਤ ਨਹੀਂ ਹੈਗੀ ਅਕਾਲ ਪੁਰਖ ਦੇ ਦਰਬਾਰ ਜਿੰਨਾ ਚਿਰ ਤੁਸੀਂ ਆਪਣੇ ਕੱਚੇ ਪਿਓ ਦੇ ਨਹੀਂ ਬਣਦੇ ਜੇ ਉਹਦੀ ਸੁਰਤ ਨਹੀਂ ਹੈਗੀ ਇਹ ਸੁਰਤੀ ਉਪਦੇਸ਼ ਹੈਗਾ ਇਹ ਕਿਤਾਬੀ ਕੀੜਾ ਨਹੀਂ ਹੈਗਾ ਸੁਰਤ ਹੋਏਗੀ ਤਾਂ ਤਦੇ ਤੁਸੀਂ ਲੱਭੋਗੇ ਤੇ ਬਾਣੀ ਚਾਹੁੰਦਾ ਸੁਰਤ ਸੁਰਤ ਬਿਨਾਂ ਕੁਛ ਨਹੀਂ ਹੈਗਾ ਤੇ ਜਿਹੜਾ ਹੈਗਾ ਟ੍ਰਿਨਿਟੀ ਹੈਗੀ ਇਹਦੇ 'ਚ ਵੀ ਤੁਸੀਂ ਦੇਖੋਗੇ ਕਿ ਇਹ ਹੈਗਾ ਨਾ ਟ੍ਰਿਨਿਟੀ ਤੇ ਇਹਦੇ 'ਚ ਹੈਗਾ ਬੇਸੁਰਤ ਇੱਥੇ ਹੈਗੇ ਨੇ ਜਿੰਨਾ ਕੋਲ ਸੁਰਤੀ ਨਹੀਂ ਹੈਗੀ ਜੋ ਕਹਿੰਦਾ ਉੱਦਾਂ ਹੀ ਉਹ ਮਗਰ ਲੱਗ ਜਾਂਦੇ ਜਿੱਦਾਂ ਪਾਕਿਸਤਾਨ ਵੇਲੇ ਕਿੱਦਾਂ ਉਹਨਾਂ ਨੇ ਲੋਕ ਮਾਰੇ ਇਹ ਆਹ ਹੈਗੇ ਨੇ ਲੋਕ ਬੁੱਧੂ ਜਿਹਨਾਂ ਕੋਲ ਸੁਰਤੀ ਹੈਗੀ ਉਹ ਅੱਲਾ ਨੂੰ ਪਛਾਣ ਸਕਦੇ ਨੇ ਪਰ ਕਈ ਸੁਰਤੀ ਗਲਤ ਲਾਉਂਦੇ ਨੇ ਇਹ ਆਪਣੀ ਵਡਿਆਈ ਲਈ ਲਾਉਂਦੇ ਨੇ ਵੀ ਮੈਂ ਮਸ਼ਹੂਰ ਹੋ ਜਾਵਾਂ ਜਿੱਦਾਂ ਲਾਲਾ ਤਾਰਾ ਸਿੰਘ ਮਹੋਤਰਾ ਖੱਤਰੀ ਸੀਗਾ ਕਰਮਚੰਦ ਗਾਂਧੀ ਲਾਲਾ ਅਤੇ ਲਾਲਾ ਮੁਹੰਮਦ ਅਲੀ ਜਿਨਾਹ ਬੱਬਲਾ ਪਾਰਟੀ ਆ
ਇਹ ਉਹ ਸ਼ੈਤਾਨ ਹੈਗੇ ਆ ਆਪਣੀ ਆਪਣੀ ਜਿਹੜੀ ਸਿਫਤਾਂ ਪਾਲਦੇ ਨੇ ਜਿਹੜੇ ਅੱਲਾਹ ਦੇ ਆਦਮੀ ਹੈਗੇ ਉਹ ਆਪਣੀਆਂ ਸਿਫਤਾਂ ਨਹੀਂ ਪਾਲਦੇ ਉਹ ਅੱਲਾਹ ਦੀਆਂ ਸਿਫਤਾਂ ਕਰਦੇ ਨੇ ਹੋਰ ਕਿਸੇ ਦੀਆਂ ਨਹੀਂ ਕਰਦੇ ਸਿਫਤਾਂ ਉਹ ਇਹਨੂੰ ਸੁਲਾਉਂਦੇ ਨੇ ਅੱਲਾਹ ਨੂੰ ਆਦਮੀ ਨੂੰ ਨਹੀਂ ਸੁਲਾਉਂਦੇ ਉਹ ਇਹ ਜਿਹੜੇ ਹੈਗੇ ਨੇ ਇੱਥੇ ਇਹ ਆਪ ਇਹ ਜਿਹੜੇ ਲੋਕ ਹੈਗੇ ਬੁੱਧੂ ਇਹ ਆਦਮੀਆਂ ਨੂੰ ਸੁਲਾਉਂਦੇ ਨੇ ਇਹਨਾਂ ਨੂੰ ਸੁਲਾਉਂਦੇ ਨੇ ਲੀਡਰ ਜਿਹੜੇ ਬਣ ਗਏ ਇਹਨਾਂ ਦੇ ਇਹਨਾਂ ਨੂੰ ਸਭ ਬਾਗ ਦਿਖਾਉਂਦੇ ਕਿ ਹੁਣ ਪਾਕਿਸਤਾਨ ਬਣ ਜਾਏਗਾ ਹੁਣ ਆਹ ਹੋ ਜਾਏਗਾ ਆਹ ਹੋ ਜਾਏਗਾ ਇੰਡੀਆ ਅਤੇ ਆਹ ਹੋ ਜਾਏਗਾ ਅਤੇ ਉਹ ਇੱਦਾਂ ਪਾੜ ਕਰਦੇ ਨੇ ਲੋਕਾਂ 'ਚ ਪਾੜਾ ਪਾਉਂਦੇ ਨੇ ਉਹ ਆਪਣੀਆਂ ਪਾਰਟੀਆਂ ਬਣਾਉਂਦੇ ਆਪਣੇ ਦੇਸ਼ ਬਣਾਉਂਦੇ ਨੇ ਆਪਣੇ ਸਭ ਕੁਛ ਕਰਦੇ ਨੇ ਇੱਥੇ ਉਹ ਗੁਰਮੁਖ ਜਿਹੜੇ ਹੈਗੇ ਨੇ ਉਹ ਇਕੱਠੇ ਰਹਿੰਦੇ ਨੇ ਕਿਸੇ ਵੀ ਜਾਤ ਦਾ ਹੋਵੇ ਕੋਈ ਖੱਤਰੀ ਹੋਵੇ ਅਰੋੜਾ ਹੋਵੇ ਪਠਾਨ ਹੋਵੇ ਬਲੋਚ ਹੋਵੇ ਰਾਈ ਹੋਵੇ ਗੁੱਜਰ ਹੋਵੇ ਸਾਰੇ ਇੱਥੇ ਮਿਲ ਕੇ ਰਹਿੰਦੇ ਨੇ ਤੋ ਅੱਲਾਹ ਦੀਆਂ ਤਰੀਫਾਂ ਕਰਦੇ ਨੇ ਉਹ ਆਪਣੀਆਂ ਤਰੀਫਾਂ ਨਹੀਂ ਭਾਲਦੇ ਆਪ ਨਿਆਰੇ ਅਤੇ ਦੂਜਿਆਂ ਨੂੰ ਨਿਆਰੇ ਕਰਦੇ ਨੇ ਇਸ ਕਰਕੇ ਜੇ ਨਿਆਰੇ ਨਹੀਂ ਹੋਵੋਗੇ ਤਾਂ ਤੁਸੀਂ ਆਹ ਦਰਵਾਜ਼ੇ 'ਚੋਂ ਨਹੀਂ ਲੰਘ ਸਕਦੇ ਆਹ ਜਿਹੜਾ ਦਰਵਾਜ਼ਾ ਹੈਗਾ ਇਹਦੇ 'ਚੋਂ ਨਹੀਂ ਲੰਘ ਸਕਦੇ ਨੈਰੋ ਗੇਟ ਇਹਦੇ 'ਚੋਂ ਜਦੋਂ ਲੰਘੀਦਾ ਹੈਗਾ ਜਿਹੜਾ ਆਪਣਾ ਬੀਜ ਹੈਗਾ ਨਾ ਬੀਜ ਬੰ ਵੀ ਉਹ ਬੀਜ ਪੱਤ ਲੈ ਗਿਆ ਇੱਥੇ ਆਉਂਦੇ ਨਾ ਆਪਣੇ ਬੀਜ ਜਿਹੜਾ ਤੁਸੀਂ ਬੀਜਣਾ ਹੈਗਾ ਜ਼ਮੀਨ 'ਚ ਜਦੋਂ ਬੀਜਿਆ ਗਿਆ ਬੀਜ ਨਾਸ਼ ਹੋ ਜਾਂਦਾ ਹੈਗਾ ਤਾਂ ਉਹਦਾ ਪੌਦਾ ਉਹਦੀ ਨਿਸ਼ਾਨੀ ਹੁੰਦੀ ਹੈਗੀ ਇੰਨਾ ਹੀ ਉਹ ਪੌਦਾ ਬਣ ਕੇ ਤੁਸੀਂ ਇਹਦੇ 'ਚ ਵੜਨਾ ਹੈਗਾ ਅਤੇ ਇਹਨੂੰ ਗ੍ਰਾਫਟ ਕਰਨਾ ਇਹਦੇ ਨਾਲ ਜੀਜ਼ ਦੇ ਨਾਲ ਜਾਂ ਨਾਨਕ ਦੇ ਨਾਲ ਜਾਂ ਗੁਰਪੀਰ ਹਮ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਮੁਰਦਾਰ ਖਾਣਾ ਹੈਗਾ ਕੂੜ ਬੋਲਣਾ ਕੂੜ ਮਿੱਠਾ ਕੂੜ ਮਾਖਿਓ ਮਿੱਠਾ ਅਤੇ ਕੂੜ ਡੁੱਬੇ ਕੂੜ ਜਿੱਦਾਂ 1947 'ਚ ਡੁੱਬੇ ਸੀਗੇ ਇੱਕ ਦੂਜੇ ਨੂੰ ਮਾਰਿਆ ਅਤੇ ਹੁਣ ਵੀ ਡੁੱਬਣਗੇ ਸਮਾਂ ਆ ਗਿਆ 1947 ਦਾ ਲੋਕ ਵੀ ਵੱਧਤਰ ਜਿਹੜੇ ਸੈਕਟੇਰੀਅਨ ਰਾਇਟਸ ਹੋਣੇ ਨੇ ਦੁਨੀਆਂ 'ਚ ਉਹਦੇ 'ਚ ਲੋਕ ਬਹੁਤ ਮਰਨਗੇ 1947 ਤਾਂ ਕੁਛ ਵੀ ਨਹੀਂ ਸੀਗਾ ਅਤੇ ਇਸ ਕਰਕੇ ਤੁਸੀਂ ਹੁਣੇ ਤਿਆਰ ਜੇ ਹੋਵੋਗੇ ਆਪਣੀ ਸ਼ੋਭਾ ਬਣਾਓਗੇ ਜਿੱਥੇ ਤੁਸੀਂ ਰਹਿੰਦੇ ਆ ਲੋਕਾਂ ਨੂੰ ਦੱਸੋ ਪ੍ਰਚਾਰ ਕਰੋ ਇਸ ਚੀਜ਼ ਦਾ ਕਿ ਪਹਿਲਾਂ ਤੁਸੀਂ ਕੱਚੇ ਪਿਓ ਦੇ ਬਣੋ ਫਿਰ ਪੱਕੇ ਪਿਓ ਦੇ ਬਣੋਗੇ ਆਹ ਧਰਤੀ ਕੱਚੇ ਪਿਓ ਲਈ ਹੈਗੀ ਰਾਮ ਰਾਜੇ ਜਿਹੜੀ ਹੈਗੀ ਉਹ ਸੁਰਗ ਜਿਹੜੇ ਹੈਗੇ ਨੇ ਉਹ ਪੱਕੇ ਪਿਓ ਲਈ ਹੈਗੇ ਨੇ ਜੇ ਕੱਚੇ ਪਿਓ ਦੇ ਨਹੀਂ ਬਣਦੇ ਪੱਕੇ ਪਿਓ ਦੇ ਨਹੀਂ ਬਣ ਸਕਦੇ ਅਤੇ ਉਹ ਸਾਰੇ ਜਿਹੜੇ ਹੈਗੇ ਨੇ ਜਨੂਨੀ ਲੋਕ ਹੈਗੇ ਨੇ ਸਾਰੇ ਇੱਕ ਦੂਜੇ ਨੂੰ ਮਾਰਨਗੇ ਅਤੇ ਨਾਸ਼ ਹੋਣਗੇ ਇਹਨਾਂ ਨੂੰ ਕਹਿੰਦੇ ਟੇਅਰਸ ਟੇਅਰਸ ਕੰਡਿਆਰੀ ਅਤੇ ਮੇਰੀ ਕਿਤਾਬ ਲਿਖੀ ਹੈਗੀ ਇੱਕ ਪੰਜਾਬੀ 'ਚ ਅਤੇ ਇੱਕ ਇੰਗਲਿਸ਼ 'ਚ ਹੈਗੀ ਇੰਗਲਿਸ਼ 'ਚ ਅਤੇ ਇੱਥੇ ਹੈਗਾ ਬ੍ਰਹਮਾ ਅਤੇ ਪਾਰ ਬ੍ਰਹਮ ਦਾ ਆਹ ਬ੍ਰਹਮਾ ਦੇ ਭਾਂਡੇ ਬਣੇ ਹੋਏ ਤਿੰਨ ਇੱਧਰ ਭਾਂਡੇ ਤਿੰਨ ਇੱਧਰ ਬ੍ਰਹਮਾ ਬ੍ਰਹਮਾ ਜਿਹੜੇ ਇਹਨੇ ਜਿਸਮ ਹੈਗਾ ਇਹਨੇ ਖਾਣਾ ਹੈਗਾ ਇਹ ਤੁਸੀਂ ਕੰਮ ਕਰਦੇ ਆ ਆਹ ਜਿਹੜਾ ਪਾਰ ਬ੍ਰਹਮ ਹੈਗਾ ਇਹਦਾ ਮਿਡਲੀ ਹੈਗੀ ਅੱਲਾ ਪਾਰ ਬ੍ਰਹਮ ਅਤੇ ਐਲੋਹੀਅਮ ਦੀ ਆਹ ਹੈਗੀ ਕ੍ਰਾਈਸਟ ਇਹਦਾ ਪੁੱਤਰ ਸੀਗਾ ਮਿਡਲ ਵਾਲੀ ਦਾ ਇਹ ਸੁਪਰ ਨੈਚੁਰਲ ਫਾਦਰ ਹੈਗਾ ਇਹ ਨੈਚੁਰਲ ਫਾਦਰ ਹੈਗਾ ਬ੍ਰਹਮਾ ਖੁਦਾ ਅਤੇ ਜਾਵੇ ਅਤੇ ਜੇ ਤੁਸੀਂ ਇਹਦੇ ਪੁੱਤਰ ਬਣਨਾ ਪਹਿਲਾਂ ਤੁਸੀਂ ਬ੍ਰਹਮਾ ਦੇ ਪੁੱਤਰ ਬਣਨਾ ਹੈਗਾ ਬ੍ਰਹਮਾ ਦੇ ਪੁੱਤਰ ਬਣੋਗੇ ਤਾਂ ਤਦ ਤੁਸੀਂ ਫਿਰ ਪਾਰ ਬ੍ਰਹਮ ਦੇ ਬਣੋਗੇ ਅਤੇ ਮੈਂ ਕਿਤਾਬ ਪੰਜਾਬੀ 'ਚ ਵੀ ਲਿਖੀ ਹੈਗੀ ਅਤੇ ਇੱਕ ਇਹ ਆ ਜਿਹੜੀ ਪੰਜਾਬੀ 'ਚ ਹੈਗੀ ਆ ਹੈਗੀ ਕੱਖ ਹੋਲੇ ਲੱਖ ਇਹਦੇ 'ਚ ਤੁਹਾਨੂੰ ਪੰਜਾਬੀ 'ਚ ਹੈਗੀ ਇੰਟਰਨੈਟ 'ਤੇ ਮਿਲਦੀ ਹੈ ਦੋਨੋਂ ਹੀ ਇੰਟਰਨੈਟ 'ਤੇ ਤੁਸੀਂ ਤਾਂ ਇਹਦੀ ਰਿਵੀਜ਼ਨ ਕਰਨ ਵਾਲੀ ਹੈਗੀ ਜੇ ਕੋਈ ਹੱਥ ਮਿਲਾਵੇ ਤਾਂ ਨਾਲ ਕਰ ਦੇਈਏ ਅਤੇ ਉਹ ਵੀ ਸਿੱਖੇਗਾ ਅਤੇ ਨਾਲ ਤੁਹਾਨੂੰ ਪਤਾ ਲੱਗੇਗਾ ਅਤੇ ਇਹ ਗਣੇਸ਼ ਨਹੀਂ ਕੀਤੀ ਗਣੇਸ਼ ਸ਼ਰਮ ਦਾ ਹੈਗਾ
ਨੱਕ ਵੱਡਾ ਇਸ ਕਰਕੇ ਹੈਗਾ ਕਲੇਸ਼ ਤਾਂ ਲਾਇਆ ਕਿ ਜਦੋਂ ਸ਼ੁਭ ਕਰਮ ਕਰਨ ਜਾਂਦੇ ਹਾਂ ਉਦੋਂ ਤੁਹਾਨੂੰ ਇਹਦੀ ਗਣੇਸ਼ ਦੀ ਪੂਜਾ ਕਰਦੇ ਹਾਂ, ਗਣੇਸ਼ ਤੁਹਾਨੂੰ ਨੱਕ ਦੀ ਯਾਦ ਕਰਾਉਂਦਾ ਵੀ ਆਪਣੇ ਖਾਨਦਾਨ ਦਾ ਨੱਕ ਨਾ ਕਟਾ ਕੇ ਆ ਜਾਏ, ਇੱਦਾਂ ਦਾ ਨਾ ਕੰਮ ਖਰੀ, ਇਸ ਕਰਕੇ ਨੱਕ ਵੱਡਾ ਗਣੇਸ਼ ਦਾ ਹੈਗਾ। ਅੱਛਾ, ਇਹ ਸੁਰਤੀ ਦੀ ਗੱਲ ਹੈਗੀ। ਉਹਨਾਂ ਬਾਹਮਣ ਜਿਹੜੇ ਕਹਿੰਦੇ ਆਪਣੇ ਪੂਜਾ ਕਰਦੇ ਫਿਰਦੇ ਤੇ ਗਣੇਸ਼ ਦੀ ਤਾਂ ਫਲਾਨਾ, ਉਹਨਾਂ ਨੂੰ ਪੁੱਛ ਲਓ ਤੁਸੀਂ ਵੀ ਇਹ ਗਣੇਸ਼ ਦਾ ਨੱਕ ਕਿਉਂ ਵੱਡਾ ਹੈਗਾ, ਹਾਥੀ ਦਾ ਕਿਉਂ ਲਾਇਆ। ਉਹ ਤੁਹਾਨੂੰ ਕਹਾਣੀ ਸੁਣਾ ਦੇਣਗੇ। ਸ਼ਿਵ ਜੀ ਦੇ ਤਾਂ ਪਾਰਵਤੀ ਦੀ ਨਹਾਉਂਦੀ ਸੀ ਤਾਂ ਉਹ ਰਾਖੀ ਬੈਠਾ ਸੀ, ਉਹ ਇੱਜ਼ਤ ਮੁੰਡੇ ਤੇ ਹੁੰਦੀ ਨਾ, ਇਸ ਕਰਕੇ ਉਹ ਸ਼ਿਵ ਉਹਨੇ ਗਾਲਾ ਵਾਲਾ ਕੱਟ ਦਿੱਤਾ, ਉਹ ਰਾਖੀ ਰੱਖਦਾ ਸੀਗਾ। ਤੇ ਫਿਰ ਉਹਨਾਂ ਕਿਹਾ ਵੀ ਉਹ ਪਾਰਵਤੀ ਕਹਿੰਦੀ ਮੇਰਾ ਪੁੱਤਰ ਸੀਗਾ, ਉਹ ਕਹਿੰਦੇ ਚੰਗਾ ਫਿਰ ਉਹਨੇ ਲੈ ਆਓ ਕੋਈ ਕਹਾਣੀ ਜਿਹੜੀ ਬਣਾਈ ਵੀ ਜਿਹੜਾ ਵੀ ਮੁਰੇ ਜਾਨਵਰ ਆਉਂਦਾ ਉਹਦਾ ਸਿਰ ਲੈ ਆਓ, ਹਾਥੀ ਦਾ ਲਾ ਦਿੱਤਾ। ਤੇ ਇਹ ਮੈਥਾਲੋਜੀ ਹੈਗੀ, ਕਹਾਣੀ ਹੈਗੀ, ਉਹ ਤੁਹਾਨੂੰ ਕਹਾਣੀ ਸੁਣਾ ਦੇਣਗੇ, ਪਰ ਜਿਹੜਾ ਮੋਰਲ ਹੈਗਾ ਵੀ ਕਿਉਂ ਪੂਜਾ ਕਰਦੇ ਵੀ ਕਿਤੇ ਏਦਾਂ ਦਾ ਨਾ ਕੰਮ ਕਰੀ ਕਿ ਖਾਨਦਾਨ ਦਾ ਨੱਕ ਕਟਾ ਕੇ ਆ ਜੇ, ਇਹ ਨਹੀਂ ਦੱਸ ਕੋਈ ਵੀ ਦੱਸੇਗਾ ਤੁਹਾਨੂੰ। ਜੇ ਕੋਈ ਦੱਸੇ ਨਾ ਤਾਂ ਮੈਨੂੰ ਦੱਸਿਆ ਜੇ। ਇਹਨੂੰ ਕਹਿੰਦੇ ਸੁਰਤੀ। ਇਹ ਜਿਹੜਾ ਹੈਗਾ ਆਪਣੇ ਹੈਗਾ ਆਦ ਗ੍ਰੰਥ ਹੈਗਾ, ਇਹ ਸੁਰਤੀ ਉਪਦੇਸ਼ ਹੈਗਾ। ਜਿਹਨਾਂ ਕੋਲ ਸੁਰਤੀ ਹੈਗੀ ਉਹੀ ਸਮਝਣਗੇ। ਇਸ ਕਰਕੇ ਇਹ ਜਿਹੜਾ ਟ੍ਰਿਨਿਟੀ ਚ ਹੈਗਾ ਜਿਹੜਾ ਤੁਹਾਨੂੰ ਦਿਖਾ ਲਿਆ, ਜਿਹੜਾ ਟ੍ਰਿਨਿਟੀ ਚਾਰ ਦਿਖਾਉਂਦੇ ਹੈਗਾ ਨਾ, ਆਹ ਜਿਹੜੇ ਲੋਕ ਹੈਗੇ ਨੇ ਇਹ ਬੇਸੁਰਤ ਹੈਗੇ ਨੇ, ਇਹਨਾਂ ਨੂੰ ਸੁਰਤੀ ਹੈ ਨੀ ਗੀ। ਇਹਨਾਂ ਨੂੰ ਪੰਡਿਤ ਸਿਕਸ਼ਾ ਦਿੰਦੇ ਹੁੰਦੇ ਸੀਗੇ, ਇਹਨਾਂ ਨੂੰ ਨੈਚੁਰਲ ਕਹੀਦਾ, ਨੈਚੁਰਲ ਮੈਨ ਇਹ ਹੈਗਾ, ਟਵਾਈਸ ਬੋਰਨ ਸਪਿਰਚੁਅਲ ਮੈਨ ਇਹ ਵੰਸ ਬੋਰਨ ਹੈਗੇ। ਇਹਨਾਂ ਲਈ ਬਾਣੀ ਚ ਆਉਂਦਾ, ਸੋਚਿਆ ਸੋਚਣਾ ਹੋਈ ਜੇ ਸੋਚੀ ਲਖਵਾਰ। ਜਿਹੜੇ ਕਿਤਾਬੀ ਕੀੜੇ ਹੈਗੇ ਨੇ ਜਾਂ ਹੋਰ ਹੈਗੇ ਨੇ ਉਹ ਨਹੀਂ ਸੋਚ ਸਕਦੇ ਸੁਰਤ, ਉਹਨਾਂ ਨੂੰ ਸੁਰਤੀ ਨਹੀਂ ਹੁੰਦੀ। ਉਹ ਤਾਂ ਕਿਤਾਬਾਂ ਪੜ੍ਹ ਕੇ ਉਹ ਦੱਸ ਦਿੰਦੇ, ਪਟਾਕ ਦਿੰਦੇ, ਉਹ ਫਲਾਨੀ ਕਿਤਾਬ ਵਿੱਚ ਲਿਖਿਆ ਆਹ ਲਿਖਿਆ, ਸੁਰਤੀ ਨਹੀਂ ਹੈਗੀ। ਉਹ ਕਿਤਾਬਾਂ ਨੂੰ ਕਹਿੰਦੇ ਓਲਡ ਵਾਈਨ। ਓਲਡ ਵਾਈਨ ਨਾਲ ਜਦੋਂ ਡਰਿੰਕ ਹੋਵੇ ਤਾਂ ਹੀ ਡਜ਼ਨਟ ਡਿਜ਼ਾਇਰ ਦੀ ਨਿਊ ਵਾਈਨ। ਆਹ ਜਿਹੜੇ ਸੁਰਤੀ ਹੈਗੇ ਇਹ ਪਰਬ੍ਰਹਮ ਦੀ ਕਿਰਪਾ ਨਾਲ ਹੁੰਦਾ ਹੈਗਾ। ਬਲ ਬਲ ਰਾਮ ਜੀਓ, ਰਾਮ ਦੀ ਕਿਰਪਾ ਹੋਵੇ ਤਦ ਹੈਗਾ। ਰਾਮ ਤੇ ਰਾਮ ਚੰਦਰ ਵਿੱਚ ਫਰਕ ਹੈਗਾ। ਰਾਮ ਹੈਗਾ ਜਿਹੜਾ ਅੰਦਰ ਰੰਭ ਰਿਹਾ ਹੈਗਾ, ਤੇ ਰਾਮ ਚੰਦਰ ਹੈਗਾ ਜਿਹੜਾ ਆਹ ਰਾਮ ਹੈਗਾ, ਆਹ ਹੈਗਾ ਚੰਦ। ਰਾਮ ਦਾ ਚੰਦ ਰਾਮ ਚੰਦਰ, ਇਸ ਕਰਕੇ ਉਹਦਾ ਨਾਂ ਰਾਮ ਚੰਦਰ ਪਾਇਆ ਸੀਗਾ। ਤੇ ਇਹ ਮਰਿਆਦਾ ਜਿਹੜੀ ਲੱਗਦੀ ਹੈਗੀ ਜਿਸਮ ਤੇ ਲੱਗਦੀ, ਰੂਹ ਤੇ ਨਹੀਂ ਲੱਗਦੀ। ਇਹ ਮਰਿਆਦਾ ਪੁਰਸ਼ੋਤਮ ਅਵਤਾਰ, ਇਹ ਜਿਹੜੇ ਬੰਧਨ, ਤੇ ਆਹ ਹੈਗਾ ਜਿਹੜਾ ਸੁਰਤੀ ਵਾਲੇ ਹੈਗੇ ਨੇ, ਇਹਨਾਂ ਤੇ ਮਰਿਆਦਾ ਨਹੀਂ ਲੱਗਦੀ ਕੋਈ ਵੀ, ਇਹ ਆਪਣੀ ਸੁਰਤੀ ਨਾਲ ਚੱਲਦੇ ਨੇ। ਇਹਨਾਂ ਦੀ ਪਰਬ੍ਰਹਮ ਦੀ ਜੇ ਪਰਬ੍ਰਹਮ ਦੇ ਬਾਣੀ ਮੁਤਾਬਿਕ ਚੱਲਦੇ ਨੇ, ਉਹਦੀ ਰਜ਼ਾ ਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖੇ ਨਾਲ। ਇਹਨਾਂ ਦਾ ਇਸਲਾਮ ਜਿਹੜਾ ਮਜ਼ਹਬ ਹੈਗਾ ਇਸਲਾਮ ਹੈਗਾ, ਇਸਲਾਮ ਜਿਹੜਾ ਹੈਗਾ ਗੋਇੰਗ ਬਾਈ ਦੀ ਵਿਲ ਆਫ ਅੱਲਾ ਇਨਸ਼ਾਅੱਲਾ, ਆਹ ਹੈਗਾ ਇਨਸ਼ਮੁੱਲਾ, ਇਹ ਮੁੱਲਾ ਦਾ ਇਸਲਾਮ ਹੈਗਾ, ਚੰਦ ਤਾਰੇ ਦਾ। ਇਹ ਨਕਲੀ ਇਸਲਾਮ ਹੈਗਾ, ਅਸਲੀ ਇਸਲਾਮ ਜਿਹੜਾ ਨਾਨਕ ਨੇ ਕਿਹਾ ਨਾ ਹੁਕਮ ਰਜ਼ਾਈ ਚੱਲਦਾ ਨਾਨਕ ਲਿਖਿਆ ਨਾਲ, ਇਹ ਇਸਲਾਮ ਹੈਗਾ। ਉਹਦੇ ਰਜ਼ਾ ਤੇ ਚੱਲਣਾ, ਜਿਹੜਾ ਗੁਰਮੁਖ ਹੈਗਾ ਉਹਦੀ ਰਜ਼ਾ ਤੇ ਚੱਲਦਾ, ਕਿਸੇ ਬੰਦੇ ਦੀ ਰਜ਼ਾ ਤੇ ਨਹੀਂ ਚੱਲਦਾ। ਬੰਦੇ ਦੀ ਰਜ਼ਾ ਤੇ ਚੱਲਣ ਵਾਲੇ ਮੂਰਖ ਹੈਗੇ ਨੇ, ਜਿਹੜੇ ਫਨੈਟਿਕ ਹੈਗੇ ਨੇ, ਜਿਹੜੇ ਕਿ ਇੱਥੇ ਆ ਜਾਂਦੇ ਨੇ, ਜਿਹੜੇ ਆਹ ਜਿਹੜੇ ਬੰਦੇ ਦੀ ਰਜ਼ਾ ਤੇ ਚੱਲਦੇ ਨੇ ਸਾਰੇ।
ਜਿਹਨੂੰ ਸੁਰਤੀ ਹੁੰਦੀਗੀ, ਸੁਰਤੀ ਹੁੰਦੀ ਹੈਗੀ, ਉਹ ਫਿਰ ਅੱਲਾ ਦੀ ਰਜ਼ਾ ਤੇ ਚੱਲਦਾ ਹੈਗਾ, ਬੰਦੇ ਦੀ ਨਹੀਂ ਚੱਲਦਾ। ਸ਼ਾਹ ਸ਼ਮਸ ਤਬਰੇਜ਼ ਅੱਲਾ ਦਾ ਪੁੱਤਰ ਸੀਗਾ, ਇਹ ਅੱਲਾ ਦੇ ਪੁੱਤਰ ਹੈਗੇ ਨੇ, ਮੈਂ ਅੱਲਾ ਦਾ ਪੁੱਤਰ ਹੈਗਾ ਤੇ ਅੱਲਾ ਦਾ ਪੁੱਤਰ ਹੈ, ਅੱਲਾ ਨੂਰ ਹੈਗਾ। ਜਦੋਂ ਤੁਸੀਂ ਨੂਰ ਮੂੰਹ ਚ ਤੁਹਾਡੇ ਨਿਕਲੇਗਾ ਨਾ ਅੱਲਾ ਦਾ, ਤੁਸੀਂ ਉਹਦੇ ਸਪੋਕਸਮੈਨ ਹੈਗੇ ਆ, ਉਹਦਾ ਨਿਸ਼ਾਨ ਹੈਗਾ, ਨਿਸ਼ਾਨ ਪੁੱਤਰ ਹੁੰਦਾ ਹੈਗਾ। ਇਸ ਕਰਕੇ ਉਹ ਆਦਮੀ ਜਿਹੜਾ ਪ੍ਰਚਾਰ ਕਰਦਾ ਹੈਗਾ ਉਹ ਅੱਲਾ ਦਾ ਪੁੱਤਰ ਹੈਗਾ, ਅੱਲਾ ਪਾਬ੍ਰਹਮ ਐਲੋਹੀਅਮ ਦਾ ਪੁੱਤਰ ਹੈਗਾ, ਉਹਨੂੰ ਕ੍ਰਾਈਸਟ ਕਹਿੰਦੇ ਨੇ, ਕ੍ਰਾਈਸਟ ਨੂੰ ਪੁੱਤਰ ਕਹਿੰਦੇ ਉਹਦਾ। ਇਸ ਕਰਕੇ ਮੈਂ ਕ੍ਰਾਈਸਟ ਹੈਗਾ, ਮੈਂ ਕ੍ਰਿਸਚੀਅਨ ਨਹੀਂ ਹੈਗਾ। ਕਈ ਵਾਰ ਪੁੱਛ ਲੈਂਦੇ ਨਾ ਵੀ ਤੂੰ ਕ੍ਰਿਸਚੀਅਨਿਟੀ ਦਾ ਪ੍ਰਚਾਰ, ਅੱਜ ਉਹ ਕ੍ਰਿਸਚੀਅਨ, ਮੈਂ ਕਿਹਾ ਨਹੀਂ ਮੈਂ ਨਹੀਂ ਕ੍ਰਿਸਚੀਅਨ। ਕ੍ਰਿਸਚੀਅਨ ਆਰ ਪੀਪਲ ਆਫ ਦੀ ਬੁੱਕ, ਜੋ ਲਿਖਿਆ ਪਟਾਕੀ ਜਾਂਦੇ ਬਗੈਰ ਸਮਝੇ ਜੋ, ਉਹ ਕ੍ਰਿਸਚੀਅਨ ਹੁੰਦੇ ਨੇ। ਆਹ ਕ੍ਰਿਸਚੀਅਨ ਹੈਗੇ ਨੇ ਇੱਥੇ ਕਿਤਾਬੀ ਕੀੜੇ, ਇਹ ਕ੍ਰਾਈਸਟ ਹੁੰਦੇ ਨੇ ਗੁਰਮੁਖ। ਗੁਰਮੁਖ ਦੋ ਵਾਰ ਪਹਿਲਾਂ ਗੁਰ ਤੇ ਮੁਖ, ਗੁਰ ਹੁੰਦਾ ਢੰਗ, ਕਈ ਦਿਨ ਸਵਾਲ ਕਰਨੇ ਤਾਂ ਗੁਰ ਕੀ ਹੈਗਾ ਢੰਗ ਪਤਾ ਲੱਗ ਜਾਂਦਾ, ਗੁਰ ਸਵਾਲ ਲਿਖ ਲਿਆ ਹੁੰਦਾ ਹੈਗਾ। ਐਸੇ ਗੁਰਮੁਖ ਉਹ ਹੁੰਦਾ ਜਿਹਨੂੰ ਜਿਹੜਾ ਗੁਰ ਨਾਲ ਬੋਲੇ, ਜਿਹੜਾ ਸੁਰਤੀ ਨਾਲ ਯਾਨੀ ਗੁਰ ਨਾਲ ਲੌਜੀਕਲੀ ਬੋਲੇ, ਇਲੌਜੀਕਲੀ ਨਾ ਬੋਲੇ। ਇਲੌਜੀਕਲੀ ਬੋਲਦਾ ਹੈਗਾ ਮਨਮੁਖ, ਮਨਮੁਖ ਲੋਕਾਂ ਨੂੰ ਮਗਰ ਲਾਉਣ ਜੋ, ਉਹ ਕਦੀ ਮੂੰਹ ਚ ਕੌੜਾ ਹਰਫ ਨਹੀਂ ਕੱਢੇਗਾ। ਪੋਲੀਟੀਸ਼ੀਅਨ ਜਿਹੜੇ ਨੇ ਖਾਸ ਹੈਗੇ ਨੇ ਇਹ ਮਨਮੁਖ, ਇਹ ਕੂੜ ਬੋਲਦੇ ਨੇ, ਸ਼ੂਗਰ ਕੋਟਿਡ ਸਰਮਨ, ਕੂੜ ਮਾਖਿਓ ਮਿੱਠਾ। ਜਦੋਂ ਲੋਕ ਇੱਕ ਦੂਜੇ ਲੜਦੇ ਨੇ ਮਰਦੇ ਨੇ, ਪੋਲੀਟੀਸ਼ੀਅਨ ਲਾਂਭੇ ਹੁੰਦੇ ਨੇ, ਤੁਸੀਂ ਮਰਦੇ ਆ ਫਿਰ। ਇਸ ਕਰਕੇ ਆਪਣੀ ਸੁਰਤੀ ਨਾਲ ਚੱਲੋ, ਇਹ ਜਿਹੜਾ ਹੈਗਾ ਸਮਾਂ ਹੈਗਾ ਕਲਯੁੱਗ ਦਾ, ਇਹਦੇ ਚੰਗਾ ਪਵਨ ਆਰੰਭ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਨ ਚੇਲਾ। ਸੁਰਤ ਨਾਲ ਚੱਲੋਗੇ ਤਦ ਤੁਹਾਨੂੰ ਰੰਗ ਚੜ੍ਹੇਗਾ ਪਾਰ ਪ੍ਰੰਦ, ਜਦੋਂ ਉਹਦਾ ਰੰਗ ਚੜ੍ਹਿਆ ਰੰਗ ਤੁਹਾਨੂੰ ਉਹ ਲੱਸਦਾ ਨਹੀਂ ਹੈਗਾ, ਪੱਕਾ ਰੰਗ ਹੈਗਾ ਫਿਰ। ਤੇ ਇਸ ਕਰਕੇ ਪਹਿਲਾਂ ਤੁਸੀਂ ਆਪਣੇ ਕੱਚੇ ਪਿਓ ਦੇ ਬਣੋ, ਫਿਰ ਤੁਹਾਨੂੰ ਪੱਕਾ ਰੰਗ ਚੜ੍ਹੇਗਾ। ਪਹਿਲਾਂ ਕੱਚੇ ਪਿਓ ਦੇ ਬਣੋ, ਫਿਰ ਇੱਥੇ ਅੰਦਰ ਜਾਓਗੇ, ਇੱਥੇ ਪੱਕਾ ਰੰਗ ਚੜ੍ਹਦਾ ਤੁਹਾਨੂੰ। ਲਾਲ ਬਲੂ ਲਾਲ, ਪੱਕਾ ਲਾਲ ਰੰਗ ਇੱਥੇ ਤੁਹਾਨੂੰ। ਸ਼ੈਤਾਨ ਦੇ ਹੱਥ ਚਲੇ ਗਏ, ਉਹਨੇ ਤੁਹਾਨੂੰ ਕਾਲਾ ਰੰਗ ਦੇ ਮੂੰਹ ਕਾਲਾ ਕਰ ਦੇਣਾ ਉਹਨੇ ਤੁਹਾਨੂੰ। ਸ਼ੈਤਾਨ ਦਾ ਜਿਹੜਾ ਹੈਗਾ ਕਾਲਾ ਰੰਗ ਹੈਗਾ, ਕਾਲਾ ਰੰਗ ਹੈਗਾ ਮੂੰਹ ਕਾਲਾ ਕਰਕੇ ਤੁਸੀਂ ਦੁਨੀਆਂ 'ਚ ਫਿਰਦੇ ਰਹੋ। ਇਹ ਜਿਹੜਾ ਰੰਗ ਲਾਲ ਹੈਗਾ, ਇਹ ਇੱਥੇ ਵੀ ਕੰਮ ਦਿੰਦਾ, ਉੱਥੇ ਵੀ ਕੰਮ ਦਿੰਦਾ, ਪਾਰ ਬ੍ਰਹਮ ਦੇ ਵੀ ਕੰਮ ਦਿੰਦਾ। ਉਹ ਪਾਰ ਬ੍ਰਹਮ ਤੁਹਾਡੇ ਨਾਲ ਹੈਗਾ, ਉਹ ਤੁਹਾਨੂੰ ਫਿਰ ਨਾਲ ਲੈ ਕੇ ਜਾਊਗਾ, ਚੱਲੋ ਵੀ ਚੱਲ ਮੈਂ ਤੇਰੇ ਨਾਲ ਚੱਲਦਾ, ਉੱਥੇ ਖੜਾ ਹੋਵੇਗਾ ਉੱਥੇ ਪਾਰ ਬ੍ਰਹਮ। ਜੇ ਤੁਸੀਂ ਕੂੜ ਬੋਲਿਆ ਉਹਨੂੰ, ਆਹ ਜਿਹੜੇ ਲੋਕ ਗਏ ਪੋਲੀਟੀਸ਼ੀਅਨ, ਇਹਨਾਂ ਨੂੰ ਖੁਸ਼ ਕੀਤਾ, ਆਦਮੀ ਨੂੰ ਖੁਸ਼ ਕੀਤਾ ਕੂੜ ਬੋਲ ਕੇ, ਜਦੋਂ ਮਰੋਗੇ ਉਹਨਾਂ ਨੇ ਨਾਲ ਨਹੀਂ ਜਾਣਾ, ਉਹਨਾਂ ਨੇ ਇੱਥੇ ਹੀ ਰਹਿ ਜਾ, ਨਾਲ ਉਹੀ ਜਾਏਗਾ ਜਿਹੜਾ ਜਿਹੜਾ ਸੱਚ ਅੰਦਰ ਹੈਗਾ। ਆਹ ਜਿਹੜਾ ਇਹ ਹੈਗਾ ਨਾ ਟੈਂਪਲ ਆਫ ਗੋਡ, ਇਹ ਹਰਿਮੰਦਰ ਹੈਗਾ, ਹਰਿਮੰਦਰ ਦੇ ਵਿੱਚ ਹਰ ਰਹਿੰਦਾ ਹੈਗਾ, ਹਰੀ ਨਹੀਂ ਰਹਿੰਦਾ। ਇਹ ਹੈਗਾ ਨਾ ਜਿਹੜਾ ਖੱਤਰੀ ਲੋਕ ਹੈਗੇ ਨੇ, ਸਾਹਿਬ ਸਿੰਘ ਦਾ ਟੀਕਾ ਜਿਹੜਾ ਹੈਗਾ ਉਹ ਹਰ ਨੂੰ ਹਰੀ ਕਹੀ ਜਾਂਦਾ ਹੈਗਾ ਉਲਟਾ। ਇੱਥੋਂ ਹਰੀ ਓਮ ਸ਼ਾਂਤੀ ਤੋਂ ਹਰ ਏਕੰਕਾਰ ਬਣਿਆ ਹੈਗਾ। ਇਹ ਜਿਹੜਾ ਹੈਗਾ ਨਾ ਹਰ ਏਕੰਕਾਰ ਨਿਸ਼ਾਨ, ਇਹ ਜੇ ਲੋਕਾਂ ਨੂੰ ਪੁੱਛਣਾ ਹੋਵੇ ਨਾ ਵੀ ਇਹਦੇ ਕੋਲ ਸੁਰਤੀ ਹੈ ਕਿ ਨਹੀਂ, ਜੇ ਪਛਾਣ ਕਰਨੀ ਵੀ ਇਹਦੇ ਸੁਰਤੀ ਕਿਹਾ ਵੀ ਬੁੱਧੂ ਵੀ ਹੈਗਾ। ਲੋਕਾਂ ਆ ਜਾਂਦੇ ਨਾ ਗ੍ਰੰਥੀ ਗ੍ਰੰਥੀ ਪਾ ਕੇ ਆਪਣੇ ਪੁਸ਼ਾਕਾਂ ਪਸ਼ੂਕਾਂ, ਉਹਨਾਂ ਨੂੰ ਆਹ ਦਿਖਾ ਦਿਓ ਵੀ ਆਹ ਦੱਸੋ ਕੀ ਹੈਗਾ ਇਹਦਾ, ਕੀ ਕਹਿੰਦੇ ਤੁਸੀਂ ਇਹਦੇ ਬਾਰੇ। ਇਹ ਸਾਰੇ ਕਹਿਣਗੇ ਏਕੰਕਾਰ, ਏਕੰਕਾਰ ਗ੍ਰੰਥ ਹੈਗਾ ਜਿਹੜਾ ਇਹਨੂੰ ਕਹਿ ਕੇ ਨਾ ਹਰ ਏਕੰਕਾਰ ਉਹ ਗਿਆਨੀ ਹੈਗਾ, ਗਿਆਨੀ ਦੀ ਪਛਾਣ ਹੈਗੀ ਸਿੱਧੀ, ਇਹਨੂੰ ਹਰ ਏਕੰਕਾਰ ਕਹੇਗਾ। ਤੇ
ਇਹ ਜਿਹੜਾ ਹਰ ਹੈਗਾ ਮੰਦਰ, ਇਹ ਹਰਿਮੰਦਰ ਹੈਗਾ, ਇਹ ਹਰੀ ਮੰਦਰ ਨਹੀਂ ਹੈਗਾ। ਕੇਰੀਆ ਉੱਤੇ ਸੋਨਾ ਲਾ ਕੇ ਨਾ ਆਪਣੇ ਹਰਿਮੰਦਰ ਨੂੰ, ਇਹ ਹਰਿਮੰਦਰ ਪਹਿਲਾਂ ਜਰੂਸਲਮ ਹੁੰਦਾ ਸੀ ਸੇਮ ਸਾਈਜ਼ ਦਾ, ਕਦੇ ਵੱਡਾ ਨਹੀਂ ਬਣਾਇਆ। ਉੱਥੇ ਪਾਣੀ ਦੇ ਗੱਭੇ ਨਹੀਂ ਸੀਗਾ, ਉਹਦੇ ਬਾਹਰ ਸੀਗਾ ਟੈਂਪਲ ਵਿੱਚ, ਇਹਦੇ ਆਲੇ ਦੁਆਲੇ ਪਰਦਾ ਹੁੰਦਾ ਸੀਗਾ। ਸਾਲ ਜਿਹੜੀ ਇੱਕ ਵਾਰੀ ਜਾਂਦਾ ਹੁੰਦਾ ਸੀ, ਜਿਹੜਾ ਉਹਨਾਂ ਦਾ ਹੁੰਦਾ ਸੀ ਕੋਹਿਲ, ਉਹ ਫਿਰ ਲੋਕਾਂ ਦੇ ਜਿਹੜੇ ਗੁਨਾਹ ਹੁੰਦੇ ਸੀ ਉਹ ਮਾਫ ਕਰਾਉਣ ਲਈ ਅੰਦਰ ਜਾਂਦਾ ਹੁੰਦਾ ਸੀ ਪਾਸ ਓਵਰ ਤੇ। ਬੇਬੀ ਨਵੇਂ ਸਾਲ ਤੁਸੀਂ ਉਹ ਬਿਲਕੁਲ ਨਹੀਂ ਕਰਨੇ, ਬਰਤਨ ਵੀ ਧੋਂਦੇ ਸੀ, ਹਰ ਇੱਕ ਚੀਜ਼ ਧੋਂਦੇ ਸੀਗੇ ਜਿੱਦਾਂ ਆਪਾਂ ਦੀਵਾਲੀ ਨੂੰ ਧੋਈਦੇ ਨੇ, ਅਤੇ ਇਸ ਤਰ੍ਹਾਂ ਉਹ ਕਰਦੇ ਹੁੰਦੇ ਸੀਗੇ। ਅਤੇ ਇਹਦੇ ਆਲੇ ਦੁਆਲੇ ਪੜਦਾ ਸੀ ਜਿਹੜਾ ਜੀਜੇ ਨੇ ਪਾੜਿਆ ਸੀਗਾ। ਇਹ ਜਿਹੜੇ ਪਾਦਰੀ ਪੂਦਰੀ ਆ ਪਾਈ ਬੈਠੇ ਨੇ ਗਾਲ ਗਲੇ 'ਚ, ਇਹ ਐਂਟੀ ਕ੍ਰਾਈਸਟ ਹੈਗੇ ਨੇ। ਇਹਨਾਂ ਨੂੰ ਇਹਨਾਂ ਤੋਂ ਨਿਜਾਤ ਪਾਉਣ ਲਈ, ਇਹਨਾਂ ਤੋਂ ਨਿਜਾਤ ਪਾਉਣ ਲਈ ਉਹ ਸੂਲੀ 'ਤੇ ਚੜਿਆ ਸੀਗਾ, ਕ੍ਰੋਸ 'ਤੇ ਉਹਨੇ ਉਹਨੂੰ ਟੰਗਿਆ ਸੀਗਾ। ਇਹ ਬਾਅਦ ਵਿੱਚ ਜਦੋਂ ਮਰਿਆ, ਉਦੋਂ ਜਿਹੜੇ ਜੂ ਸੀਗੇ ਟੈਂਪਲ ਦੇ, ਖਾਸ ਕਰਕੇ ਜਿਹੜੇ ਪ੍ਰੀਸਟ ਸੀਗੇ, ਉਹਨਾਂ ਨੂੰ ਹੋਰ ਕੰਮ ਕੋਈ ਨਹੀਂ ਸੀ ਮਿਲਦਾ। ਉਹ ਫਿਰ ਇਸ ਚਰਚ ਆਫ ਗੋਡ ਦੇ ਵਿੱਚ ਆ ਗਏ, ਅਤੇ ਇਹਨਾਂ ਨੇ ਫਿਰ ਉਹੀ ਡੌਗ ਕਾਲਰ ਪਾ ਲਿਆ ਅਤੇ ਵਰਦੀਆਂ ਪਾ ਲਈਆਂ, ਅਤੇ ਲੋਕਾਂ ਨੂੰ ਜਾਨਵਰ ਮੋਹਰੇ ਪਾ ਕੇ ਇਹਨਾਂ ਨੇ ਮਾਰਿਆ। ਇਜਿਪਟ ਦੇ ਲੋਕ ਖਾਸ ਕਰਕੇ, ਇਜਿਪਟ ਦੇ ਲੋਕ ਜਿਹੜੇ ਸੀਗੇ ਬੜੇ ਭਗਤ ਸੀਗੇ, ਸੀਰੀਆ ਇਜਿਪਟ ਦੇ ਭਗਤ ਸੀਗੇ, ਉਹਨਾਂ ਨੂੰ ਫੜ ਫੜ ਕੇ ਇਹਨਾਂ ਨੇ ਮਾਰਿਆ। ਤਦੇ ਮੁਹੰਮਦ ਸਾਹਿਬ ਨੇ ਫਿਰ ਡੰਡਾ ਚੱਕਿਆ ਅਤੇ ਇਹਨਾਂ ਨੂੰ ਸੋਧਿਆ, ਜੇ ਨਾ ਸੋਧੇ ਤਾਂ ਇਹਨਾਂ ਨੇ ਪਤਾ ਨਹੀਂ ਕਿੰਨਾ ਨੁਕਸਾਨ ਕਰਨਾ ਸੀਗਾ। ਅਤੇ ਪ੍ਰੋਫਿਟ ਜਿਹੜਾ ਹੈਗਾ, ਪ੍ਰੋਫਿਟ ਜਿਹੜਾ ਤੁਹਾਨੂੰ ਦੱਸਿਆ ਹੈਗਾ ਵੀ ਉਹ ਹੈਗਾ ਜਿਹੜਾ ਲਾਸਟ ਪ੍ਰੋਫਿਟ ਸੀਗਾ ਨਾ ਦੁਨੀਆ 'ਚ ਆਇਆ, ਉਹ ਜੌਨ ਦੀ ਬਾਪਟਿਸਟ ਸੀਗਾ, ਲੂਕ 16:16। ਉਹਦੇ ਬਾਅਦ ਕੋਈ ਨਹੀਂ ਪ੍ਰੋਫਿਟ ਹੈਗਾ। ਮੁਹੰਮਦ ਸਾਹਿਬ ਉਹ ਬਹੁਤ ਚੰਗੇ ਆਦਮੀ ਸੀਗੇ, ਉਹਨਾਂ ਨੇ ਚੰਗਾ ਕੰਮ ਕੀਤਾ, ਉਹਨਾਂ ਨੇ ਇਹ ਠੱਲ ਪਾਈ, ਨਹੀਂ ਤਾਂ ਇਹ ਮਾਰੀ ਲੋਕਾਂ ਨੂੰ, ਭਗਤਾਂ ਨੂੰ ਮਾਰੀ ਜਾਂਦੇ ਸੀਗੇ। ਅਤੇ ਜਿਹੜਾ ਜੈਂਟਾਈਲ ਦਾ ਹੈਗਾ, ਜਿਹੜੀਆਂ ਕਿਤਾਬਾਂ ਹੈਗੀਆਂ ਨੇ, ਇਹ ਉਹਨਾਂ ਨਾਲੋਂ ਚੰਗੀਆਂ ਨੇ। ਪਰ ਜਦੋਂ ਉਹ ਜੀਵ ਆ ਗਿਆ ਨਾ ਵਿੱਚ, ਇਹਦੇ ਵੜ ਗਏ ਭਗਤ ਹਜ਼ਰਤ ਮੁਹੰਮਦ ਸਾਹਿਬ ਦੇ ਫੋਲਡ 'ਚ, ਉਹਦੇ ਛਾਤੇ 'ਚ ਆ ਗਿਆ, ਉਹਨਾਂ ਨੇ ਆ ਸੁਨਤ ਸ਼ੁਰੂ ਕਰਾ ਦਿੱਤੀ ਸੀਗੀ। ਸੁਨਤ ਹੈਗਾ ਟ੍ਰਾਈਬਲ ਮਾਰਕ ਆਫ ਇਬਰਾਹਿਮ ਟੂ ਆਈਜ਼ਕ। ਆਈਜ਼ਕ ਦੀ ਜਿਹੜੇ ਸਮੈਟਿਕ ਰੇਸ ਤੇ ਉਹੀ ਕਰ ਸਕਦੇ ਨੇ, ਹੋਰ ਨਹੀਂ ਕੋਈ ਕਰ ਸਕਦਾ। ਏਰੀਅਨ ਕਰੀ ਫਿਰਦੇ ਨੇ ਇਰਾਨ ਦੇ ਬਨੌਟੀ, ਉਹਦੇ ਸਟੀਵਨ ਨੇ ਉਹਨਾਂ ਨੂੰ ਦੱਸਿਆ ਸੀ ਇਹ ਗਲਤ ਕਰ ਰਿਹਾ, ਉਹਨੂੰ ਮਾਰ ਦਿੱਤਾ ਸੀ ਇਹਨਾਂ ਨੇ, ਅਤੇ ਇਹਨਾਂ ਨੇ ਹੁਣ ਮਾਰਨਾ ਉਹਨਾਂ ਨੂੰ, ਜੂਆਂ ਨੂੰ ਜਿਹੜੇ ਬੜੇ ਹੋਏ ਨੇ ਜੂ ਜਿਸਮ ਦੇ, ਇਹ ਪੱਕੇ ਹਰਾਮੀ ਹੁੰਦੇ। ਜਿਹੜਾ ਜਿਸਮ ਦਾ ਪੱਕਾ ਜਿਸਮ ਦਾ ਹੋਵੇ ਨਾ, ਹਿੰਦੂ ਹੋਵੇ, ਸਿੱਖ ਹੋਵੇ, ਮੁਸਲਮਾਨ ਹੋਵੇ, ਕ੍ਰਿਸਚਨ ਹੋਵੇ, ਜੂ ਹੋਵੇ, ਉਹ ਪੱਕਾ ਹਰਾਮੀ ਹੁੰਦਾ, ਉਹ ਇੱਕ ਦੂਏ ਨੂੰ ਮਾਰਦੇ ਨੇ। ਜਿਹੜੇ ਆਦਮ ਦੇ ਪੁੱਤਰ ਹੈਗੇ ਨੇ ਉਹ ਇੱਕ ਦੂਏ ਨੂੰ ਪਾਲਦੇ ਨੇ, ਮੁਹੱਬਤ ਹੈਗੀ ਕਿਸੇ ਵੀ ਕੌਮ ਦਾ ਹੋਵੇ। ਜਿੱਦਾਂ 1947 'ਚ ਜਦੋਂ ਪਾਰਟੀਸ਼ਨ ਹੋਈ ਸੀ, 2000 ਰਾਈ ਆਏ ਸੀ ਸਾਡੇ 'ਤੇ ਹਮਲਾ ਕਰਨ, ਜਦੋਂ ਰਾਈਆਂ ਨੂੰ ਦੱਸਿਆ ਸੀ ਜੱਟਾਂ ਨੇ ਮਰਨਾ, ਤੁਸੀਂ ਰਾਈਆਂ ਨੇ ਮਰਨਾ, ਅਤੇ ਉਹ ਹੈਡ ਜਿਹੜਾ ਸੀਗਾ ਕਹਿੰਦਾ ਸਾਡੇ 'ਚ ਕੋਈ ਦੁਸ਼ਮਣ ਨਹੀਂ, ਅਤੇ ਫਾਦਰ ਨੂੰ ਕਹਿੰਦਾ ਚਲੋ ਲਾਹੌਰ, ਉੱਥੇ ਬਾਦਲਾਂ ਲੁਕਾਈਏ, ਅਤੇ ਉਹ 2000 ਨੂੰ ਕਹਿੰਦਾ ਇਹ ਸਾਡੇ ਮਹਿਮਾਨ ਹੈਗੇ ਨੇ, ਖਬਰਦਾਰ ਇਹਨਾਂ ਨੂੰ ਕੋਈ ਨੁਕਸਾਨ ਕਿਸੇ ਨੇ ਪਹੁੰਚਾਇਆ, ਅਤੇ ਸਾਡੀ ਉਹਨਾਂ ਨੇ ਰਾਖੀ ਰੱਖੀ। ਇਹ ਹੈਗਾ ਕਲਾਮ ਦਾ, ਅੱਲਾਹ ਦਾ ਕਲਾਮ ਕਰੋਗੇ ਜਿੱਥੇ ਵੀ ਤੁਸੀਂ ਰਹਿੰਦੇ ਹਾਂ, ਉੱਥੇ ਤੁਹਾਨੂੰ ਕੋਈ ਮੁਸੀਬਤ ਨਹੀਂ ਪੈਦਾ ਹੋਏਗੀ, ਕੋਈ ਅੱਲਾਹ ਦਾ ਹੱਥ ਉੱਪਰ ਹੋਏਗਾ ਤੁਹਾਡੇ ਸਿਰ 'ਤੇ, ਜੇ ਨਹੀਂ ਕਰੋਗੇ ਤਾਂ ਸ਼ੈਤਾਨ ਦਾ ਹੱਥ ਹੈਗਾ, ਅਤੇ ਫਿਰ ਤੁਸੀਂ ਰਗੜੇ ਜਾਓਗੇ। ਜਿੱਦਾਂ ਅੱਜ ਕੱਲ੍ਹ ਮਸ਼ੀਨਰੀ ਹੈਗੀ ਆ, ਉਹਦੇ 'ਚ ਧੁੰਦ ਦਿੰਦੇ ਸਾਰਾ ਕੁਛ, ਤੋਂ ਫੇਂ ਫੂ ਕੇ ਰੱਖ ਦਿੰਦੀ ਹੈ, ਇੱਦਾਂ ਮਸ਼ੀਨਰੀ ਉਹਨਾਂ ਦੀ ਹੈਗੀ ਸ਼ੈਤਾਨ ਦੀ, ਉਹਦੇ 'ਚ ਵੜ ਗਿਆ ਅਤੇ ਉਹਨੇ ਟੁਕੜੇ ਟੁਕੜੇ ਕਰਦੇ ਨੇ ਤੁਹਾਡੇ, ਜਿੱਦਾਂ 1947 'ਚ ਹੋਈ ਸੀ ਅਤੇ 1984 'ਚ ਹੋਈ ਸੀ। ਜੇ ਬਚਣਾ ਹੈਗਾ ਨਾਲੇ ਆਪ ਨਿਜਾਤ ਪਾਉਣੀ ਹੈਗੀ, ਆਪ ਮੁਕਤੀ ਪਾਉਣੀ ਹੈਗੀ, ਅਤੇ ਦੋਵਾਂ ਨੂੰ ਮੁਕਤ ਕਰਾਉਣਾ ਹੈਗਾ। ਆਪ ਨਿਆਰੇ ਹੋਵੋ, ਦੋਵਾਂ ਨੂੰ ਨਿਆਰੇ ਕਰੋ, ਅਤੇ
ਅੱਲਾ ਪਾਬ੍ਰਹਮ ਐਲੋਹੀਮ ਦੇ ਗੁਣ ਗਾਓ, ਕਿਸੇ ਆਦਮੀ ਦੇ ਗੁਣ ਨਾ ਗਾਓ, ਆਦਮੀ ਦੇ ਪਿੱਛੇ ਨਾ ਲੱਗੋ, ਆਦਮੀ ਦੇ ਗੁਣ ਨਾ ਗਾਓ, ਉਹਦੇ ਗੁਣ ਗਾਓ, ਉਹ ਫਿਰ ਤੁਹਾਨੂੰ ਤੁਹਾਡੇ ਤੇ ਹੱਥ ਰੱਖੇਗਾ, ਉੱਪਰ ਪਹੁੰਚਾਏਗਾ, ਜਿੱਦਾਂ ਸਾਡੇ ਤੇ ਰੱਖਿਆ ਸੀ 1947 ਵਿੱਚ, ਕਿਉਂ ਫਾਦਰ ਉਹਦਾ ਗੁਣ ਗਾਉਂਦੇ ਸੀਗੇ, ਲੋਕਾਂ ਨੂੰ ਦੱਸਦੇ ਸੀਗੇ ਵੀ ਇੱਕ ਦੂਜੇ ਨੂੰ ਨਾ ਮਾਰੋ, ਸਿੱਖ ਤੇ ਮੁਸਲਮਾਨ ਇਹ ਰੂਹਾਂ ਹੈਗੀਆਂ ਨੇ, ਜਿਸਮ ਨਹੀਂ ਹੈਗਾ, ਜਿਸਮ ਜਿਹੜਾ ਹੈਗਾ ਮੇਰਾ ਜੱਟ ਹੈਗਾ, ਰਾਹੀਂ ਕਿਸੇ ਦਾ ਹੋਇਆ, ਕਿਸੇ ਦਾ ਗੁੱਜਰ ਹੋਇਆ, ਕਿਸੇ ਦਾ ਖੱਤਰੀ ਹੋਇਆ, ਲੁਹਾਰ ਤਰਖਾਣ ਇਹ ਜਿਸਮ ਹੈਗੇ ਨੇ, ਇਹ ਇੱਕ ਦੂਜੇ ਨੂੰ ਨਹੀਂ ਮਾਰਨੇ ਚਾਹੀਦੇ, ਇੱਕ ਦੂਜੇ ਦੀ ਰਾਖੀ ਰੱਖਦੇ ਨੇ, ਤੇ ਇਹ ਹੁਣ ਤੁਹਾਡੀ ਮਰਜ਼ੀ ਹੈ ਕਿ ਹੁਣ ਬਹੁਤ ਹੋਣਾ ਘਮਸਾਨ ਹੋਣਾ ਹੈਗਾ, ਜੇ ਅੱਲਾ ਦੇ ਪੁੱਤਰ ਬਣੋਗੇ ਤੇ ਤੁਸੀਂ ਨਜਾਤ ਪਾਓਗੇ ਤੇ ਖੁਸ਼ੀ ਤੇ ਆਨੰਦ ਨਾਲ ਰਹੋਗੇ, ਅੱਗੇ ਤੁਹਾਡੀ ਮਰਜ਼ੀ।